ਮੈਨੂੰ ਨਹੀਂ ਲੱਗਦਾ ਬੀਜੇਪੀ ਦਾ ਪੰਜਾਬ 'ਚ ਕਦੀ ਵੀ ਆਉਣ ਵਾਲੇ ਟਾਈਮ 'ਚ ਕਦੀ ਕੁਝ ਬਣਨਾ ਪੋਲਿਟੀਕਲੀ ਕੁਝ ਨਹੀਂ ਬਣਨਾ। ਕੈਪਟਨ ਮਰਿੰਦਰ ਸਿੰਘ ਨੇ ਕਾਂਗਰਸ ਨੂੰ ਹਰਾਉਣ ਲਈ ਜੁਆਇਨ ਕੀਤੀ ਐ। ਮਨਜਿੰਦਰ ਸਿੰਘ ਪਰ ਉਹਨਾਂ ਦਾ ਟਾਰਗੇਟ ਕੈਪਟਨ ਦਾ ਤੁਹਾਡੇ ਮੁਤਾਬਕ ਇੱਕੋ ਹੀ ਹੈ। ਇਹ ਹੀ ਟਾਰਗੇਟ ਆ। ਉਹ ਉਹਨਾਂ ਦੀਆਂ ਬਿਆਨਾਂ ਤੋਂ ਵੀ ਪਤਾ ਲੱਗ ਰਿਹਾ ਤੇ ਉਹਨਾਂ ਦੀ ਕਾਰਜਸ਼ੈਲੀ ਤੋਂ ਵੀ ਪਤਾ ਲੱਗ ਰਿਹਾ। ਉਹ ਸਿੱਤੂ ਉਹਨਾਂ ਨੇ ਜਿਹੜੇ ਅਲੀਗੇਸ਼ਨ ਲਾਏ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜੇ 4 ਦਿਨਾਂ 'ਚ 21 ਲੱਖ ਤੇ 54 ਹਜ਼ਾਰ ਕਿੰਨੀਆਂ ਕਾਲ ਆ ਗਈਆਂ ਭਗਵੰਤ ਮਾਨ ਹੋਣੀ ਲਈ। ਵੀ ਉਹ ਕਹਿੰਦੇ ਵੀ ਟੈਕਨੀਕਲੀ ਇਹ ਪੋਸੀਬਲ ਨਹੀਂ ਹੋਣੀ ਖਾਣਾ ਧੋਖਾ ਓਕੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਣਾ ਹੁਣ ਮੌਕਾ ਵੀ ਅਕਾਲੀ ਦਲ ਨੇ ਬੀਜੇਪੀ ਨੇ ਕਾਂਗਰਸ ਨੇ ਇਹਨਾਂ ਨੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਜਿਵੇਂ ਤੁਸੀਂ ਦੱਸਿਆ ਕਰਜ਼ੇ ਚ ਡੋਪਤਾ ਬੇਜ਼ਗਾਰੀ ਦੇ ਡੋਪਤਾ ਤੇ ਜਦੋਂ ਉਹਨਾਂ ਨੂੰ ਆਪ ਚ ਸ਼ਾਮਲ ਕਰਕੇ ਸਾਫੇ ਪਾ ਕੇ ਟਿਕਟਾਂ ਦੇ ਦਿੰਦੇ ਜੇ ਤੇ ਇਹ ਕਿੱਥੋਂ ਤੱਕ ਵਾਜਬ ਹੈ 2022 ਦੇ ਇਲੈਕਸ਼ਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਚੇਂਜ ਆਊਗਾ। ਪੰਜਾਬ 'ਚ ਡਿਬੇਟ ਔਰ ਡਿਸਕਸ਼ਨ ਵਾਲੀ ਪੋਲਿਟਿਕ ਸ਼ੁਰੂ ਹੋਊਗੀ। ਪੰਜਾਬ 'ਚ ਅਕਾਉਂਟੇਬਿਲਟੀ ਵਾਲੀ ਰਾਜਨੀਤੀ ਆਊਗੀ। ਪੰਜਾਬ ਦੇ ਚੋਣ ਅਖਾੜੇ ਦਾ ਇੱਕ ਹੋਰ ਰੰਗ ਤੇ ਗੱਲਾਂ ਸਾਂਝੀਆਂ ਕਰਾਂਗੇ। ਅੱਜ ਅਸੀਂ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਨੂੰ ਤੁਸੀਂ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਔਰ ਭਾਰਤੀ ਜਨਤਾ ਪਾਰਟੀ ਦੇ ਮੁੱਖ ਲੀਡਰਾਂ ਨਾਲ ਬੈਠਿਆਂ ਤੁਰਦਿਆਂ ਦੇਖਿਆ ਹੋਊਗਾ ਜਦੋਂ ਖੇਤੀ ਕਾਨੂੰਨਾਂ ਦਾ ਰੌਲਾ ਪਿਆ ਤੇ ਫਿਰ ਕੰਗ ਸਾਬ ਕਹਿੰਦੇ ਮੈਨੂੰ ਭਾਜਪਾ ਚੰਗੀ ਨਹੀਂ ਲੱਗਦੀ ਕਿਉਂਕਿ ਭਾਜਪਾ ਪੰਜਾਬ ਦੇ ਵਿਰੁੱਧ ਕੰਮ ਕਰ ਰਹੀ ਹੈ ਫਿਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਉਹ ਆਮ ਆਦਮੀ ਪਾਰਟੀ ਦੇ ਸੁਪਾਈ ਬਲਾਰੇ ਨੇ ਜੁਆਇੰਟਸ ਕੱਤਰ ਨੇ ਔਰ ਵੱਡੀ ਗੱਲ ਇਹ ਹੈ ਵੀ ਮੁਹਾਲੀ ਜ਼ਿਲ੍ਹੇ ਦੇ ਇੰਚਾਰਜ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਪਹਿਲੀ ਗੱਲ ਤੇ ਇਹੀ ਕਰਾਂਗੇ ਕੰਗਸਾਭ ਕਿਤੇ ਪਛਤਾਵਾ ਨਹੀਂ ਲੱਗਦਾ ਹੁਣ ਤੇ ਭਾਜਪਾ ਲੱਗਦਾ ਕਿ ਚੜ੍ਹ ਤਲ ਜਾ ਰਹੀ ਹੈ ਉਤਾਰ ਚੜਾਵ ਤੇ ਹੁੰਦੇ ਰਹਿੰਦੇ ਆ ਰਾਜਨੀਤਿਕ ਪਾਰਟੀਆਂ ਦੇ ਵੀ ਤੇ ਬੰਦਿਆਂ ਦੇ ਵੀ ਜ਼ਿੰਦਗੀ 'ਚ ਗੱਲ ਇਹ ਆ ਵੀ ਤੁਸੀਂ ਆਪਣੇ ਊਸੋਲਾਂ ਤੇ ਕਿੱਥੇ ਖੜਦੇ ਹੋ ਹਮਮ ਔਰ ਤੁਹਾਡੇ ਸਿਧਾਂਤ ਕੀ ਆ ਤੁਹਾਡੇ ਇਸ਼ੂਜ਼ ਕੀ ਆ ਤਾਂ ਮੈਨੂੰ ਲੱਗਦਾ ਆ ਵੀ ਜਿਹੜੇ ਇਸ਼ੂਜ਼ ਤੇ ਜਿਹੜੇ ਸਿਧਾਂਤ ਨੂੰ ਲੈ ਕੇ ਜਿਹੜੇ ਕਾਲੇ ਕਾਨੂੰਨਾਂ ਨੂੰ ਲੈ ਕੇ ਮੈਂ ਰਿਜਾਈਨ ਕੀਤਾ ਸੀ ਔਰ ਤੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਪਛਤਾਵਾ ਨਹੀਂ ਪਰ ਜਦੋਂ ਨਰਿੰਦਰ ਮੋਦੀ ਹੋਣਾ ਨੇ ਅਚਨਚੇਤ 19 ਨਵੰਬਰ 2021 ਨੂੰ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਐਲਾਨ ਕਰਤਾ ਤੇ ਨਾਲ ਹੀ ਕਹਿ ਦਿੱਤਾ ਵੀ ਮੈਂ ਮਾਫੀ ਵੀ ਮੰਗਦਾ ਵੀ ਕੁਝ ਕਿਸਾਨ ਜਥੇਬੰਦੀਆਂ ਨੂੰ ਮੈਂ ਸਮਝਾ ਨਹੀਂ ਸਕਿਆ ਤੇ ਉਦੋਂ ਤੁਹਾਨੂੰ ਲੱਗਿਆ ਨਹੀਂ ਵੀ ਹੁਣ ਤੇ ਚੜਤ ਜੀ ਆ ਜਾਣੀ ਹੀ ਐਵੇਂ ਛੜਤੀ ਭਾਜਪਾ ਨਹੀਂ ਇਸ ਤਰ੍ਹਾਂ ਆ ਨਾ ਜੀ ਇਹ ਬਹੁਤ देर ਕਰਤੀ ਭਾਜਪਾ ਨੇ ਵਾਪਸ ਲੈਣ ਚਲੋ देर ਆਏ ਦਰਸਤ ਆਏ ਲੇਕਿਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹੂੰ ਹੂੰ ਜਿਹੜੀ ਖੱਜਲ ਖਰਾਬੀ ਹੋਈ ਸਾਡੇ ਬਜ਼ੁਰਗਾਂ ਦੀ ਨੌਜਵਾਨਾਂ ਦੀ ਮਾਈਆਂ ਬੀਬੀਆਂ ਦੀ ਲਗਾਤਾਰ ਦਿੱਲੀ ਦੇ ਧਰਨੇ ਤੇ ਬਾਰਡਰਾਂ ਤੇ ਧਰਨੇ ਲੱਗੇ ਮੈਨੂੰ ਲੱਗਦਾ ਹੈ ਵੀ ਮੋਦੀ ਸਾਹਿਬ ਨੇ ਮਜਬੂਰੀ ਵਾਸਤੇ ਫੈਸਲਾ ਵਾਪਸ ਲਿਆ ਕੋਈ ਖੁਸ਼ੀ ਨਾ ਨਹੀਂ ਲਿਆ ਔਰ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਵੀ ਇਹ ਲੰਬੇ ਸਮੇਂ ਲਈ ਵਾਪਸ ਰਹੂਗਾ ਇਹ ਤਾਂ ਪੈਰ ਨਰਿੰਦਰ ਸਿੰਘ ਨਰਿੰਦਰ ਮੋਦੀ ਜੀ ਜਿਹੜੇ ਹੈ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਇੱਕ ਪੈਰ ਪਿੱਛੇ ਲਿਆ ਹੈ ਔਰ ਆਉਣ ਵਾਲੇ ਟਾਈਮ ਜਦੋਂ ਵੀ ਕਦੀ ਉਹਨਾਂ ਨੂੰ ਮੌਕਾ ਸਹੀ ਲੱਗਿਆ ਤੇ ਉਹਨਾਂ ਨੇ ਇਹ ਕਿਉਂਕਿ ਇਹ ਇਹ ਕਾਲੇ ਕਾਨੂੰਨਾਂ ਦੇ ਪਿੱਛੇ ਜਿਹੜੀ ਪੂਰੀ ਸਕ੍ਰਿਪਟ ਹੈ ਉਹਦੇ ਪਿੱਛੇ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਹੱਥ ਹੈ। ਹੂੰ ਹੂੰ ਔਰ ਉਹਦਾ ਪ੍ਰੈਸ਼ਰ ਹੈ ਮੋਦੀ ਸਰਕਾਰ ਦੀ ਕਿਉਂਕਿ ਮੋਦੀ ਸਰਕਾਰ ਦੇ ਮੋਦੀ ਸਾਹਿਬ ਦੇ ਪ੍ਰਾਈਮ ਮਿਨਿਸਟਰ ਬਣਨ ਲਈ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਹੈ। ਉਹਨਾਂ ਦੀ ਬ੍ਰਾਂਡਿੰਗ ਨੂੰ ਲੈ ਕੇ ਇਹਨਾਂ ਦੀ ਕੈਂਪੇਨ ਨੂੰ ਲੈ ਕੇ ਤੋਂ ਮੈਨੂੰ ਲੱਗਦਾ ਹੈ ਵੀ ਇਹ ਬੜਾ ਗਲਤ ਫੈਸਲਾ ਸੀ। हां ਇਹ ਕੋਈ ਦੋਰਾਏ ਨਹੀਂ ਜਿਹੜਾ ਚੁਹਾਰੂਪਨ ਕਿਸਾਨਾਂ ਨੇ ਵਿਖਾਇਆ ਉਹਦੇ ਕਰਕੇ ਇੱਕ ਵਾਰ ਉਹਨਾਂ ਨੂੰ politically loss ਹੋਣ ਲੱਗ ਗਿਆ ਸੀ not only ਪੰਜਾਬ ਪੂਰੇ ਮੁਲਕ ਚ even ਪੂਰੇ वर्ल्ड वाइड ਜਿਸ ਤਰੀਕੇ ਨਾਲ ਅੰਬੈਸੀਆਂ ਦੇ ਬਾਹਰ ਮੋਦੀ ਸਾਹਿਬ ਦੇ ਪ੍ਰਤੀ ਲੋਕਾਂ ਨੇ ਪ੍ਰੋਟੈਸਟ ਕੀਤੇ ਉਹਨਾਂ ਨੇ ਇਸ ਕਰਕੇ ਵਾਪਸ ਲਾਏ ਕਿਤੇ ਇੰਜ ਨਹੀਂ ਲੱਗਦਾ ਤੁਹਾਨੂੰ ਵੀ ਜਿਹੜੇ ਟਿੱਕਰੀ ਸਿੰਘੂ ਗਾਜੀਪੁਰ ਬਾਰਡਰ ਤੇ ਗੱਲਾਂ ਕਰਦੇ ਸਹੀ ਵੀ ਇਹ ਹੀ ਤੇ ਕਿਸਾਨਾਂ ਲਈ ਮਰਾਂਗੇ ਜੀਵਾਂਗੇ ਸਾਡਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਸਿਆਸਤ ਦੇ ਕਿਸੇ ਵੀ ਲੀਡਰ ਨੂੰ ਉਹਨਾਂ ਨੇ ਆਪਣੀ ਸਟੇਜ ਨੇੜੇ ਨਹੀਂ ਆਉਣ ਦਿੱਤਾ ਤੇ ਜਦੋਂ ਫਿਰ ਬਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੀ ਬਾਈਕ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਵੀ ਹੁਣ ਸਿਆਸਤ ਕਰਾਂਗੇ ਵੋਟਾਂ ਦੀ ਰਾਜਨੀਤੀ ਚਾਹਾਂਗੇ ਤੇ ਉਦੋਂ ਵੀ ਕਿਤੇ ਤੁਹਾਨੂੰ ਲੱਗਾ ਨਹੀਂ ਯਾਰ ਇਹ ਕੀ ਹੋ ਰਿਹਾ ਦੇਖੋ ਸਿਆਸਤ ਚੋਣਾ ਕੋਈ ਬਾੜੀ ਗੱਲ ਨਹੀਂ ਆਏ ਆ ਸਵਾਗਤ ਹੈ ਪਰ ਮੈਨੂੰ ਲੱਗਦਾ ਵੀ ਕਿਸਾਨ ਲੀਡਰਾਂ ਨੇ ਦੇਰ ਕਰਤੀ ਫੈਸਲਾ ਲੈਣ देर ਕਰਤੀ अदरवाइज एलान ਕਰ ਦੇਣਾ ਚਾਹੀਦਾ ਉਹ ਪਹਿਲਾਂ ਕਰਦੇਗਾ ਉਹਨਾਂ ਨੇ ਪੂਰੀ ਇੱਕ ਯੋਜਨਾ ਬਣਾਈ ਹੁੰਦੀ ਪੂਰੀ ਪਲਾਨ ਕੀਤਾ ਹੁੰਦਾ ਕਿ ਰਾਜਨੀਤੀ ਨੂੰ ਵੀ ਬਦਲਣਾ ਹੈ ਹਮਮ ਲੇਕਿਨ ਉਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਮਨ ਆਵਾ ਦੀ ਪਾਰਟੀ ਦੇ ਪ੍ਰਤੀ ਬਣਾ ਲਿਆ ਸੀ ਇਹ ਬਦਲ ਵੀ ਰਾਜਨੀਤੀ ਦਾ ਹੀ ਮਨ ਹੈ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕ ਅੱਕੇ ਹੋਏ ਆ ਹਮਮ ਕਿਸਾਨ ਲੀਡਰਾਂ ਦੇ ਵਾਸਤੇ ਮੈਂ ਇੰਨਾ ਹੀ ਕਹੂੰਗਾ ਕਿ ਉਹਨਾਂ ਨੇ ਫੈਸਲਾ ਲੈਣ 'ਚ ਦੇਰ ਕਰਤੀ ਫੈਸਲਾ ਸਹੀ ਹੈ ਨਹੀਂ ਚਲੋ ਫੈਸਲਾ ਸਹੀ ਤੇ ਪੰਜਾਬ ਦੇ ਲੋਕ ਦੱਸਣਗੇ ਨਾ ਮੈਂ ਤਾਂ ਦੱਸ ਨਹੀਂ ਸਕਦਾ ਹੁਣ ਨੂੰ ਲੱਗਦਾ ਹੈ ਵੀ ਉਹ ਦੇ ਪਿੱਛੇ ਜਿਸ ਤਰੀਕੇ ਦੀ ਪਲੈਨਿੰਗ ਜਾਂ ਇੱਕ ਸੰਜੀਦਗੀ ਹੋਣੀ ਚਾਹੀਦੀ ਸੋਚ ਵਿੱਚ ਕਮੀ ਰਹੀ ਹੈ ਕਮੀ ਰਹੀ ਪਰ ਰਾਗਵ ਚੱਡਾ ਜੀ ਤੁਹਾਡੇ ਬਹੁਤ ਵੱਡੇ ਲੀਡਰ ਨੇ ਪੰਜਾਬ ਦੇ ਹਰੇਕ ਮੁੱਦੇ ਤੇ ਉਹ ਬੋਲਦੇ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਅਲਿਗੇਸ਼ਨ ਲਾ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਸੰਯੁਕਤ ਸਮਾਜ ਮੋਰਚੇ ਨੂੰ ਪਾਰਟੀ ਰਜਿਸਟਰਡ ਕਰਾਉਣ ਲਈ ਆਊਟ ਆਫ ਦਾ ਬੇ ਜਾ ਕੇ ਮਦਦ ਕਰ ਰਹੀ ਹੈ ਕਿਉਂਕਿ ਜਦੋਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਇਲੈਕਸ਼ਨ ਤੋਂ ਉਸ ਤੋਂ ਬਾਅਦ ਕਿਸੇ ਨੂੰ ਰਜਿਸਟਰਡ ਕਰਵਾਇਆ ਨਹੀਂ ਜਾ ਸਕਦਾ ਔਰ ਦੂਸਰੀ ਗੱਲ ਅਰਵਿੰਦ ਕੇਜਰੀਵਾਲ ਹੋਣਾ ਨੇ ਇਸੇ ਸ਼ਹਿਰ ਮੁਹਾਲੀ ਚ ਪ੍ਰੈਸ ਕਾਨਫਰੰਸ ਚ ਕਿਹਾ ਵੀ ਜਿਹੜੇ ਕਿਸਾਨ ਇਲੈਕਸ਼ਨ ਲੜਨ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹਦੇ ਨਾਲ ਸਾਨੂੰ ਥੋੜਾ ਬਹੁਤਾ ਨੁਕਸਾਨ ਹੋਊਗਾ ਜੀ ਮੈਂ ਤੇ ਆਪ ਹੀ ਕਿਹਾ ਕਿਸਾਨਾਂ ਦਾ ਨੁਕਸਾਨ ਪੋਲਿਟਿਕਲੀ ਆਵਾ ਦੀ ਪਾਰਟੀ ਨੂੰ ਹੋਣਾ ਹੈ ਲੇਕਿਨ ਥੋੜਾ ਹੋਣਾ ਜਿਆਦਾ ਹੋਣਾ ਹੈ ਤੇ ਬਾਅਦ ਦੀ ਗੱਲਾਂ ਹੈ ਪਰ ਲੇਕਿਨ ਮੈਨੂੰ ਲੱਗਦਾ ਵੀ ਉਹਨਾਂ ਦਾ ਫੈਸਲੇ ਦੀ ਜਿਹੜੀ ਟਾਈਮਿੰਗ ਉਹ ਠੀਕ ਹੈ ਤੇ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਚ ਆ ਬੀਜੇਪੀ ਛੱਡ ਕੇ ਆਏ ਜੇ ਇਹ ਫੈਸਲਾ ਕਿਦਾਂ ਅੱਜ ਵੀ ਠੀਕ ਲੱਗਦਾ ਹਾਂ ਸੁਭਾਵਿਕ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਬੀਜੇਪੀ ਜਿਹੜੀ ਆ ਪੰਜਾਬ ਦੀਆਂ ਭਾਵਨਾਵਾਂ ਦੀ ਪਾਵਨ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਨ ਲਈ ਅੱਜ ਵੀ ਤਿਆਰ ਨਹੀਂਗੀ ਪੰਜਾਬ ਬੀਜੇਪੀ ਯੂਨਿਟ ਓਕੇ ਨੋ ਡਾਊਟ ਬਹੁਤ ਸਾਰੇ ਉਹਨਾਂ ਨੇ ਸਲੋਗਨ ਦਿੱਤੇ ਹਨ ਪਿਛਲੇ ਦਿਨਾਂ 'ਚ ਕਈ ਲੋਕ ਵੀ ਜੁਆਇਨ ਕਰਵਾਏ ਆ ਲੇਕਿਨ ਅਲਟੀਮੇਟਲੀ ਇਹਨਾਂ ਦਾ ਜਿਹੜਾ ਪੰਜਾਬ ਦੇ ਪ੍ਰਤੀ ਏਜੰਡਾ ਹੈ ਜਾਂ ਪੰਜਾਬ ਦਾ ਜਿਹੜਾ ਕਲਚਰ ਹੈ ਜਾਂ ਪੰਜਾਬੀਅਤ ਹੈ ਉਹਦੇ ਉਹ 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 ਉਹਦੇ ਲਈ ਮੈਨੂੰ ਲੱਗਦਾ ਬੀਜੇਪੀ ਹਜੇ ਵੀ ਤਿਆਰ ਨਹੀਂ ਕੀ ਉਹਨੂੰ ਐਕਸੈਪਟ ਕਰ ਲਈ ਦੂਸਰਾ ਉਹਨੂੰ ਗਾਵ ਵਧਾਉਣ ਲਈ ਇਸ ਕਰਕੇ ਮੈਨੂੰ ਨਹੀਂ ਲੱਗਦਾ ਬੀਜੇਪੀ ਦਾ ਪੰਜਾਬ 'ਚ ਕਦੀ ਵੀ ਆਉਣ ਵਾਲੇ ਟਾਈਮ 'ਚ ਕਦੀ ਕੁਝ ਬਣਨਾ ਪੋਲਿਟੀਕਲੀ ਕੁਝ ਨਹੀਂ ਬਣਨਾ ਪਰ ਕੰਗ ਸਾਬ ਵੱਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਵੱਡਾ ਚਿਹਰਾ ਸੁਖਦੇਵ ਸਿੰਘ ਢੀਂਡਸਾ ਸਿੱਖਾਂ ਦਾ ਵੱਡਾ ਚਿਹਰਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਾਲੇ ਔਰ ਇਸੇ ਤਰ੍ਹਾਂ ਜੇ ਜੇ ਸਿੰਘ ਵੱਡੀ ਗਿਣਤੀ 'ਚ ਹੁਣ ਤੇ ਇਹ ਲੱਗਦਾ ਵੀ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਲਾਈਨ ਲੱਗੀ ਐ ਵਾਰੀ ਲੱਭ ਰਹੇ ਵੀ ਮੈਂ ਬੈਲ ਮਾਰਾਂ ਤੇ ਮੈਂ ਬਾਲ ਫਤਿਹ ਜੰਗ ਬਾਜਵਾ ਉਹ ਚੱਲ ਗਏ ਨੇ ਤੇ ਉਹ ਉਹ ਵੀ ਸਿਆਸੀ ਲੀਡਰ ਨੇ ਕਿਤੇ ਲੱਗਦਾ ਨਹੀਂ ਵੀ ਉਹਨਾਂ ਨੇ ਐਨਾਲਿਸਿਸ ਕੀਤਾ ਹੋਊਗਾ ਵੀ ਭਾਰਤੀ ਜਨਤਾ ਪਾਰਟੀ ਦੇ ਥੜੇ ਤੇ ਜਾ ਕੇ ਉਹਨਾਂ ਦਾ ਕਦਮ ਵੱਧ ਸਕਦਾ ਉਹਨਾਂ ਨੇ ਐਨਾਲਿਸਿਸ ਕੀਤਾ ਐਨਾਲਾਈਜ਼ਸ ਕੀਤਾ ਲੇਕਿਨ ਆਪਣਾ ਨਿੱਜੀ ਸਵਾਰਥ ਨਿੱਜੀ ਫਾਇਦਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਹਰਾਉਣ ਲਈ ਜੁਆਇਨ ਕੀਤੀ ਆ ਮਨਜਿੰਦਰ ਸਿੰਘ ਉਹਨਾਂ ਦਾ ਟਾਰਗੇਟ ਕੈਪਟਨ ਦਾ ਤੁਹਾਡੇ ਮੁਤਾਬਕ ਇੱਕੋ ਹੀ ਹੈ ਮੈਨੂੰ ਇਹ ਹੀ ਟਾਰਗੇਟ ਹੈ ਉਹ ਉਹਨਾਂ ਦੀਆਂ ਬਿਆਨਾਂ ਤੋਂ ਵੀ ਪਤਾ ਲੱਗ ਰਿਹਾ ਤੇ ਉਹਨਾਂ ਦੀ ਕਾਰਜਸ਼ੈਲੀ ਤੋਂ ਵੀ ਪਤਾ ਲੱਗ ਰਿਹਾ ਆਦਰਵਾਇਜ਼ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਹੁਣ ਰਾਜਨੀਤਿਕ ਤੌਰ ਤੇ ਰਹਿ ਕੀ ਗਿਆ ਹੈ ਪੰਜਾਬ ਚ ਮਨਜਿੰਦਰ ਸਿੰਘ ਸਿਰਸਾ ਉਹ ਵੀ ਮੈਨੂੰ ਲੱਗਦਾ ਉਹਦੀ ਬਹੁਤ ਵੱਡੀ ਮਜਬੂਰੀ ਆ ਕਿਉਂਕਿ ਅਕਾਲੀ ਦਲ ਨੇ ਔਰ ਕਿਤਨੇ ਕਿਤੋਂ ਉਹਨੂੰ ਬਹੁਤ ਵੱਡੇ ਅਹੁਦਿਆਂ ਨਾਲ ਨਵਾਜਿਆ ਸੀ ਦੇ ਵੱਡੇ ਅਹੁਦੇ ਜੇ ਛੱਡੇ ਆ ਇਕ ਮਤਲਬ ਦਿੱਲੀ ਕਮੇਟੀ ਇੱਕ ਪੰਥਕ ਜਥੇਬੰਦੀ ਦਾ ਹੈੱਡ ਵੀ ਬਣਾਇਆ ਉਹਨੂੰ ਹੂੰ ਹੂੰ ਉਹਦੇ ਪਿੱਛੇ ਵੀ ਮੈਨੂੰ ਲੱਗਦਾ ਵੀ ਉਹ ਈਡੀ ਦਾ ਰੋਲ ਜ਼ਿਆਦਾ ਹੈ ਤੁਹਾਡਾ ਮਨੋਂ ਡਰਦੇ ਆ ਗਿਆ ਉੱਥੇ ਹਾਂ ਇਹਨਾਂ ਚੋਂ ਜਿਹੜੇ ਜਿਹੜੇ ਮੈਨੂੰ ਇਹ ਦੱਸੋ ਵੀ ਕਿਹੜਾ ਬੰਦਾ ਜਿਹੜਾ ਪੋਲਿਟਿਕਲੀ ਸੋਚ ਨਾਲ ਗਿਆ ਆ ਇਹ ਸਾਰੇ ਬੰਦਿਆਂ ਦੇ ਨਿੱਜੀ ਸਵਾਰਥ ਹੈ ਢੀਂਸਾ ਸਾਹਿਬ ਹੁਣਾਂ ਕੋਈ ਹੁਣ ਜਗ੍ਹਾ ਹੀ ਨਹੀਂ ਬਚੀ ਸੀ ਨੋ ਡਾਊਟ ਢੀਂਸਾ ਸਾਹਿਬ ਵੱਡੇ ਲੀਡਰ ਹੈ ਮੈਂ ਉਹਨਾਂ ਦੀ ਇੱਜ਼ਤ ਵੀ ਕਰਦਾ ਲੇਕਿਨ ਢੀਂਸਾ ਸਾਹਿਬ ਕੋਲ ਹੁਣ ਕੋਈ ਜਗ੍ਹਾ ਨਹੀਂ ਸੀ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਜਗ੍ਹਾ ਹੀ ਉੱਥ ਉਹਨਾਂ ਨੇ ਆਪਣੇ ਆਪਣੇ ਬਜਟੇ ਦੀ ਸਰਵਾਈਵਲ ਹੈ ਪੋਲਿਟੀਕਲ ਸਰਵਾਈਵਲ ਦੀ ਲੜਾਈ ਉਹਨਾਂ ਦੀ ਉੱਥੇ ਤੱਕ ਸੀਮਤ ਹੈ ਤੇ ਰਾਣਾ ਗਰਮੀਰ ਗਰਮੀਰ ਸੋਢੀ ਦੇਖੋ ਰਾਣਾ ਸੋਢੀ ਜਿਹੜਾ ਗਿਆ ਹੈ ਉਹ ਗੁਰੂ ਆਰਸਾਇਆ ਹਾਰ ਰਿਹਾ ਸੀ ਤੇ ਫਿਰੋਜ਼ਪੁਰ ਸ਼ਹਿਰੀ ਉਹਨੂੰ ਇਹ ਅਲੱਗਾ ਕਿਤੇ ਨਹੀਂ ਬੀਜੇਪੀ ਵੋਟ ਮੈਨੂੰ ਪੈ ਜਾਣਗੇ ਤੇ ਸ਼ਾਇਦ ਬਜੇਦਾਂ ਸੀ ਕੈਪਟਨ ਸਾਹਿਬ ਤੇ ਉਹਨਾਂ ਦੇ ਖਾਸ ਸੀ ਉਹ ਛੱਡ ਕੇ ਕਿਉਂ ਦੇ ਦੇ ਇਹਨਾਂ ਦੇ ਇਹਨਾਂ ਦੇ ਕਈ ਤਰ੍ਹਾਂ ਦੇ ਬਿਜ਼ਨਸ ਇੰਟਰਸਟ ਹੈ ਜੀ ਇਹਨਾਂ ਦੇ ਕਰਤੂਤਾਂ ਜਿਹੜੀਆਂ ਕੀਤੀਆਂ ਇਹਨਾਂ ਨੇ ਜਿਸ ਤਰੀਕੇ ਨਾਲ ਬਿਸ ਰੂਲ ਕੀਤਾ ਪੰਜਾਬ ਨੂੰ ਔਰ ਇਹਨਾਂ ਨੇ ਅਵਜੀਰੀਆਂ ਲੈ ਕੇ ਉਹਦੇ ਚ ਕਈ ਤਰ੍ਹਾਂ ਦੇ ਮਤਲਬ ਨਿੱਜੀ ਫਾਇਦੇ ਲਏ ਆ ਉਹ ਉਹਨਾਂ ਦੇ ਪਿੱਛੇ ਮੈਨੂੰ ਲੱਗਦਾ ਵੀ ਸੈਂਟਰ ਸਰਕਾਰ ਨੇ ਬਾਮ ਰੋੜ ਕੇ ਇਹਨਾਂ ਨੂੰ ਜੁਆਇਨ ਕਰਾਇਆ ਇਹ ਖੁਸ਼ੀ ਨਾਲ ਇਹਨਾਂ ਦੇ ਚਿਹਰੇ ਤੋਂ ਹੀ ਪਤਾ ਲੱਗਦਾ ਖੁਸ਼ੀ ਨਾਲ ਤਾਂ ਕੋਈ ਵੀ ਭਾਜਪਾ ਚ ਨਹੀਂ ਗਿਆ ਲੱਗਦਾ ਇਹਨਾਂ ਚ ਫਤਿਹਜੰਗ ਬਾਜਵਾ ਫਤਿਹਜੰਗ ਬਾਜਵਾ ਦੀ ਪਰਵਾਰਿਕ ਲੜਾਈ ਹੈ ਜੀ ਅੱਛਾ ਸਿੱਧੀ ਜੀ ਗੱਲ ਹੈ ਕਾਦੀਆਂ ਦੀ ਸੀਟ ਕਾਂਗਰਸ ਫਤਿਹਜੰਗ ਕਾਦੀਆਂ ਦੀ ਸੀਟ ਕਾਂਗਰਸ ਦੇ ਦਿੰਦੀ ਤੇ ਫਤਿਹਜੰਗ ਬਾਜਵਾ ਕਾਂਗਰਸੀ ਐਨੀ ਐਨੀ ਕੀ ਗੱਲ ਹੈ ਵੇਖ ਲੋ ਤੁਸੀਂ ਹੁਣ ਉਹਨੂੰ ਪਤਾ ਆ ਹੁਣ ਫਤਿਹ ਸਿੰਘ ਬਾਜਵਾ ਕਾਦੀਆਂ ਤੋਂ ਇਲੈਕਸ਼ਨ ਲੜੇ ਅਗਰ ਪੱਕਾ ਭਾਜਪਾ ਵਾਲਾ ਆ ਫਿਰ ਤੇ ਮੰਨਾ ਵੀ ਹਾਂ ਆ ਭਾਜਵਾ ਵਾਲਾ ਹੁਣ ਭੱਜੂਗਾ ਕਿਸੇ ਸ਼ਹਿਰੀ ਸੀਟ 'ਚ ਜਿੱਥੇ ਕਿਤੇ ਮੰਗਦਾ ਕਹਿੰਦਾ ਮੇਰੇ ਮੁੰਡਿਆਂ ਨੂੰ ਟਿਕਟ ਦੇਓ ਤਾਏ ਨਾਲ ਲੜੂਗਾ ਪਤਾ ਨਹੀਂ ਮੁੰਡੇਵਾਰੇ ਤੇ ਮੈਨੂੰ ਨਹੀਂ ਪਤਾ ਪਰ ਉਹ ਲੜਾਈ ਵੀ ਟਿਕਟ ਦੀ ਲੜਾਈ ਹੈ ਜੀ ਕਾਂਗਰਸ ਦੀ ਇਹ ਲੋਕਾਂ ਦੀ ਕ੍ਰੈਡੀਬਿਲਟੀ ਹੈ ਨਹੀਂ ਜੀ ਕੋਈ ਇਹਨਾਂ ਲੋਕਾਂ ਨੂੰ ਕੋਈ ਪੰਜਾਬ ਦਾ ਫਿਕਰ ਨਹੀਂ ਕੋਈ ਇਹਨਾਂ ਦਾ ਬੰਦਿਆਂ ਦਾ ਸਟੈਂਡ ਨਹੀਂ ਇਹ ਲੋਕ ਸਿਰਫ ਤੇ ਸਿਰਫ ਨਿੱਜੀ ਕਾਰੋਬਾਰ ਔਰ ਉਸ ਕਾਰੋਬਾਰ ਵਾਸਤੇ ਕਿਉਂਕਿ ਇਹਨਾਂ ਨੂੰ ਰਾਜਨੀਤੀ 'ਚ ਰਹਿਣਾ ਜ਼ਰੂਰੀ ਆ ਕਿਉਂਕਿ ਜਾਇਜ਼ ਨਜਾਇਜ਼ ਸਾਰੇ ਤਰ੍ਹਾਂ ਦੇ ਕੰਮ ਇਹ ਕਰਦੇ ਆ ਇਸ ਕਰਕੇ ਇਹਨਾਂ ਨੇ ਸੈਂਟਰ 'ਚ ਮੋਦੀ ਸਾਹਿਬ ਦੀ ਸਰਕਾਰ ਹੈ ਸਿਆਸੀ ਲੀਡਰ ਜਿਹੜੇ ਇੱਧਰ ਉੱਧਰ ਜਾਂਦੇ ਨੇ ਉਹਨਾਂ ਦਾ ਸੇਵਾ ਦੀ ਕੋਈ ਭਾਵਨਾ ਨਹੀਂ ਤੇ ਜ਼ਿਆਦਾ ਮਜਬੂਰੀ ਤੇ ਸ਼ੌਂਕ ਹੁੰਦਾ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਭਾਜਪਾ 'ਚ ਗਏ ਆ ਮੈਨੂੰ ਇੱਕ ਵੀ ਐਫਜਾ ਬੰਦਾ ਇਹਨਾਂ 'ਚ ਦਿਖ ਨਹੀਂ ਰਿਹਾ ਜਿਹੜਾ ਇੱਕ ਸਾਫ਼ ਸੁਥਰੇ ਅਕਸ ਵਾਲਾ ਹੋਵੇ ਜਿਹੜੀ ਲੋਕਾਂ 'ਚ ਬੜੀ ਲੋਕਪ੍ਰਿਅਤਾ ਹੋਵੇ ਤੇ ਮੁੱਦੇ ਤੇ ਕਰਕੇ ਪਾਰਟੀ ਇਸ਼ੂਸ ਤੇ ਸਤਨ ਮਰਿੰਦਰ ਸਿੰਘ ਦੋ ਵਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਦੋ ਵਾਰੀ ਮੁੱਖ ਮੰਤਰੀ ਰਹੇ ਵੱਡਾ ਚਿਹਰਾ ਸੀ ਕਾਂਗਰਸ ਦਾ ਦੇਖੋ ਕੈਪਟਨ ਸਾਹਿਬ ਨੋ ਡਾਊਟ ਬਹੁਤ ਵੱਡੇ ਲੀਡਰ ਰਹੇ ਆ ਮੈਂ ਵੀ ਮੰਨਦਾ ਮੈਂ ਵੀ ਕਿਸੇ ਟਾਈਮ ਉਹਨਾਂ ਦਾ ਬੜਾ ਪ੍ਰਸ਼ੰਸਕ ਰਿਆ ਲੇਕਿਨ ਪਿਛਲੇ ਜਿਹੜੀ ਦੂਜੀ ਟਨਿਓਰ ਕੈਪਟਨ ਸਾਹਿਬ ਨੇ ਜੋ ਮਸ਼ਕਰਤੂਤਾ ਸ਼ਬਦ ਠੀਕ ਨਹੀਂ ਲੱਗਦਾ ਬਜ਼ੁਰਗ ਬੰਦੇ ਆ ਲੇਕਿਨ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਜ ਸ਼ੈਲੀ ਰਹੀ ਹੈ ਐਜੇ ਮੁੱਖ ਮੰਤਰੀ ਹੂੰ ਹੂੰ ਉਹਨਾਂ ਚ ਬਹੁਤ ਵੱਡੀ ਉਹਨਾਂ ਦੀ ਕ੍ਰੈਡਿਬਿਲਟੀ ਚ ਗਰਾਵਟ ਆਈ ਆ ਓਕੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਚ ਵੀ ਉਹ ਹੈ ਨਹੀਂਗੇ ਹੁਣ ਹੂੰ ਹੂੰ ਕਿਸੇ ਟਾਈਮ ਉਹ ਮਨਾਂ ਚ ਰਾਜ ਕਰਦੇ ਸੀ ਦਿਲਾਂ ਤੇ ਪੰਜਾਬ ਦੇ ਪਾਣੀਆਂ ਦੇ ਰਾਖੇ ਦੇ ਨਾਤੇ 84 ਚ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਇਹ ਉਹ ਠੀਕ ਸੀ ਉਹਨਾਂ ਦੀ ਗੱਲ ਲੇਕਿਨ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ 4.5 ਸਾਲ ਅਖੀਰਲੇ ਪੰਜਾਬ ਨੂੰ ਗਵਰਨ ਕੀਤਾ ਹੂੰ ਉਹਦੇ ਕਰਕੇ ਉਹਨਾਂ ਦੀ ਕਾਂਗਰਸ 'ਚ ਤੇ ਪੰਜਾਬ ਦੇ ਲੋਕਾਂ 'ਚ ਵੀ ਬਹੁਤ ਮਤਲਬ ਸਤੀ ਮਾੜੀ ਸੀ ਔਰ ਉਹ ਕਾਂਗਰਸ ਨੇ ਵੀ ਉਹਦਾ ਫਾਇਦਾ ਲਿਆ ਤੁਹਾਨੂੰ ਬਾਹਰ ਚੱਕ ਕੇ ਮਾਰਿਆ ਤੇ ਉਹਨਾਂ ਨੇ ਮੋਦੀ ਸਾਹਿਬ ਦਾ ਹਲਪਲਾ ਤੁਸੀਂ ਵਿਦਿਆਰਥੀ ਲੀਡਰ ਜੇ ਸ਼ੁਰੂ ਤੋਂ ਤੁਹਾਨੂੰ ਦੇਖਦੇ ਰਹੇ ਆਂ ਗਰਾਉਂਡ ਤੋਂ ਚੱਲ ਕੇ ਆਏ ਭਾਰਤੀ ਜਨਤਾ ਪਾਰਟੀ ਦੇ ਸਿਖਰ ਤੇ ਪਹੁੰਚੇ ਜਨਰ ਸਖੀ ਸ਼ਾਇਦ ਤੁਸੀਂ ਪੰਜਾਬ ਦੇ ਔਰ ਵੱਡੇ ਫੈਸਲਿਆਂ 'ਚ ਤੁਸੀਂ ਤੁਹਾਡੀ ਸ਼ਿਰਕਤ ਦੇਖਦੇ ਹੁੰਦੇ ਆਂ ਭਾਜਪਾ 'ਚ ਹੁਣ ਤੁਸੀਂ ਆਮ ਆਦਮੀ ਪਾਰਟੀ 'ਚ ਆਏ ਮੋਹਾਲੀ ਤੇ ਇਸ ਖੇਤਰ 'ਚ ਤੁਹਾਡਾ ਬਹੁਤ ਨਾਂ ਥਾਂ ਹੈ। ਲੱਗਦਾ ਇਹ ਸੀ ਵੀ ਆਮ ਆਦਮੀ ਪਾਰਟੀ ਕੋਲ ਕੋਈ ਦੂਜਾ ਬਦਲ ਹੀ ਨਹੀਂ ਮਾਲਵਿੰਦਰ ਕਾਂਗੋਂ ਨਾਲ ਤੋਂ ਬਿਨਾ ਮੋਹਾਲੀ 'ਚ ਟਿਕਟ ਦੇਣ ਤਾਂ ਟਿਕਟ ਤਾਂ ਕੋਈ ਵੰਦੇ ਰਹਿਗੇ ਤੁਸੀਂ। ਰਾਜਨੀਤੀ 'ਚ ਕਈ ਵਾਰ ਕਿਸਮਤ ਤੁਹਾਡੀ ਨਹੀਂ ਮੈਨੂੰ ਲੱਗਦਾ ਵੀ ਕੰਮ ਕਰਦੀ। ਹੂੰ ਤੇ ਪਾਰਟੀਆਂ ਦੇ ਫੈਸਲੇ ਆ ਜੀ ਕਈ ਵਾਰ ਪਾਰਟੀਆਂ ਦਾ ਜਿਹੜਾ ਫੈਸਲਾ ਹੁੰਦਾ 노 ਡਾਊਟ ਮੈਂ ਕੋਸ਼ਿਸ਼ ਕੀਤੀ ਸੀ ਮੋਹਾਲੀ ਵਾਸਤੇ ਓਕੇ ਔਰ ਪਾਰਟੀ ਨੂੰ ਮੈਂ ਰਿਕੁਐਸਟ ਵੀ ਕੀਤੀ ਸੀ। ਹੂੰ ਹੂੰ ਤੇ ਕੰਮ ਵੀ ਕੀਤਾ ਸੀ ਚਲੋ ਇਹ ਹੁਣ ਜ਼ਰੂਰੀ ਨਹੀਂ ਹੁੰਦਾ ਹਰੇਕ ਬੰਦੇ ਨੂੰ ਕਈ ਵਾਰ ਪਾਰਟੀ ਦੇ ਫੈਸਲੇ ਤੁਹਾਡੇ ਅਨਰੂਪ ਵੀ ਨਹੀਂ ਹੁੰਦੇ ਜੋ ਮੈਂ ਹੀ ਚਾਹੀਏ ਉਹੀ ਹੋਵੇ ਤਾਂ ਮੈਨੂੰ ਲੱਗਦਾ ਵੀ ਉਹ ਇਸ ਤਰੀਕੇ ਨਾਲ ਗਾਂਹ ਪਾਰਟੀ ਚ ਫਿਰ ਕੋਈ ਮੌਕਾ ਮਿਲੂਗਾ ਤੁਹਾਡਾ ਮਤਲਬ ਡਿਜ਼ਰਵ ਕਰਦੇ ਸੀ ਪਰ ਕਿਸਮਤ ਦੀ ਪੁੜੀ ਖੁੱਲੀ ਨਹੀਂ ਹੈ ਹਾਂ ਇਹੀ ਮੈਂ ਕਹਿ ਸਕਦਾ ਡਿਜ਼ਰਵ ਤੇ ਕਿਉਂ ਨਹੀਂ ਕਰਦੇ ਅਸੀਂ ਯੂਨੀਵਰਸਿਟੀਆਂ ਦੇ ਲੜੇ ਆ ਇਲੈਕਸ਼ਨ ਲੜੇ ਆ ਸੈਨੇਟ ਦੇ ਲੜੇ ਆ ਆਰਗੇਨਾਈਜੇਸ਼ਨ ਚ ਵੀ ਕੰਮ ਕੀਤਾ ਹੈ ਹਾਂ ਹਾਂ ਔਰ ਭਾਜਪੀ ਦੇ ਮੇ ਕੋਰ ਗਰੁੱਪ ਚ ਵੀ ਸੀਗਾ ਚਲੋ ਰਿਜ਼ਾਈਨ ਅਸੀਂ ਕਿਸਾਨੀ ਬਿੱਲਾਂ ਦੇ ਖਿਲਾਫ ਕੀਤਾ ਡਟ ਕੇ ਆਪਾਂ ਆਪਣੇ ਸਟੈਂਡ ਤੇ ਕਾਇਮ ਆ ਆਵਾਦੀ ਪਾਰਟੀ ਨੇ ਵੀ ਜਿਹੜੀ ਡਿਊਟੀ ਲਾਈ ਕਰ ਰਹੇ ਕੰਮ ਇਲੈਕਸ਼ਨ ਕਈ ਵਾਰ ਨਹੀਂ ਹੋਣ ਤੁਹਾਡਾ ਮੌਕਾ ਬਣਦਾ ਇਲੈਕਸ਼ਨ ਕਿਉਂਕਿ ਕੈਂਡੀਡੇਟ ਕਈ ਵਾਰ ਬਹੁਤ ਸਾਰੇ ਹੁੰਦੇ ਆ ਮਿਲਣਾ ਤੇ ਮੌਕਾ ਇੱਕ ਨੂੰ ਹੀ ਹੁੰਦਾ ਕਿ ਤੈ ਤਾਂ ਤੇ ਵੀ ਕਿਸਮਤ ਦੇ ਪੁੜੀ ਕੁਲਵੰਤ ਸਿੰਘ ਉਹਨਾਂ ਦੀ ਤਾਂ ਖੁੱਲ ਗਈ ਵੀ ਉਹਨਾਂ ਜਿੰਨੇ ਤੁਸੀਂ ਅਮੀਰ ਨਹੀਂ ਸੀ ਹੋਰ ਤਾਂ ਕੋਈ ਫਰਕ ਲੱਗਦਾ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਅਮੀਰ ਦੇਖੋ ਉਹ ਉਹ ਵੀ ਕਈ ਕਈ ਸਾਲਾਂ ਤੋਂ ਕੰਮ ਤੇ ਉਹ ਕਰ ਹੀ ਰਿਹਾ ਹੈ ਮੋਹੱਲੇ ਚ ਜੀ ਉਹਨਾਂ ਦੀ ਆਪਣੀ ਵੀ ਇੱਕ ਪਛਾਣ ਹੈਗੀ ਆ ਹਮ ਹਮ ਤੇ ਮੇਅਰ ਵੀ ਰਹੇ ਨੇ ਮੇਅਰ ਵੀ ਰਹਿਆ ਔਰ ਐਮ ਸੀ ਦੇ ਇਲੈਕਸ਼ਨ ਤੋਂ ਲੈ ਕੇ ਚਲੋ ਪੋਲੀਟੀਕਲੀ ਸਮਾਜਿਕ ਤੌਰ ਤੇ ਵੀ ਵਿਚਰਦੇ ਆ ਹਮ ਹਮ ਮੈਨੂੰ ਲੱਗਦਾ ਵੀ ਉਹ ਫੈਸਲਾ ਪਾਰਟੀ ਨੇ ਕੀ ਸੋਚ ਕੇ ਲਿਆਏ ਤੇ ਅਲਟੀਮੇਟਲੀ ਉਹ ਹੀ ਜਵਾਬ ਦੇਣਗੇ ਪਰ ਮੈਂ ਪਾਰਟੀ ਦੇ ਫੈਸਲੇ ਦੇ ਨਾਲ ਹੀ ਤੁਸੀਂ ਨਾਲ ਜੇ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਵੀ ਇੱਥੇ ਅਸੀਂ ਇਸੇ ਥਾਂ ਤੇ ਇੰਟਰਵਿਊ ਕੀਤੀ ਸੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹਦਾ ਬੜਾ ਗੰਭੀਰ ਦੋਸ਼ ਲਾਇਆ ਹੈ ਵੀ ਗਲਵੰਦ ਸਿੰਘ ਉਹ ਨਹੀਂ ਪਹਿਲਾਂ ਸਾਡੀ ਪਾਰਟੀ 'ਚ ਗਏ ਭਾਪ ਕਾਂਗਰਸ 'ਚ ਗਏ ਉਹਦਾ ਨਾਂ ਵੀ ਲਿਆ ਸੀ ਵੀ ਉਹ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਮਿਲੇ ਵੀ ਮੈਨੂੰ ਮੋਹਾਲੀ ਤੋਂ ਟਿਕਟ ਦਿਓ ਤੇ ਜਦੋਂ ਨਹੀਂ ਮਿਲੀ ਤੇ ਫੇਰ ਉਹਨਾਂ ਨੇ ਝਾੜੂ ਫੜ ਲਿਆ ਇਹ ਤੇ ਹੁਣ ਮੈਂ ਮੇਅਰ ਸਾਹਿਬ ਦੱਸ ਸਕਦੇ ਕੁਲਵੰਤ ਸਿੰਘ ਜੀ ਹਾਂ 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 ਉਹਨਾਂ ਦਾ ਐਫੀਲੀਏਸ਼ਨ ਤੇ ਅਕਾਲੀ ਦਲ ਨਾਲ ਰਹੀ ਆ ਇਹ ਚ ਕੋਈ ਦੋਰਾਏ ਨਹੀਂ ਤੇ ਪਬਲੀਕਲੀ ਰਹੀ ਆ ਕਾਂਗਰਸ ਚ ਰਹੀ ਆ ਕਿ ਨਹੀਂ ਰਹੀ ਮੈਂ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹਦੇ ਬਾਰੇ ਤੇ ਉਹ ਹੀ ਦੱਸ ਸਕਦੇ ਆ ਇੱਕ ਵੈਹ ਦੇ ਤੁਹਾਡੇ ਵੱਡੇ ਲੀਡਰਾਂ ਨੇ ਕਾਫੀ ਇਹਦੇ ਤੇ ਕਲੈਰੀਫਿਕੇਸ਼ਨ ਦਿੱਤੀ ਹੈ ਅੱਜ ਭਗਵੰਤ ਮਾਨ ਹੋਣਾ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਨਵਜੋਸ ਸਿੱਧੂ ਹੋਣਾ ਨੇ ਜਿਹੜੇ ਅਲੀਗੇਸ਼ਨ ਲਾਏ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜੇ 4 ਦਿਨਾਂ ਚ 21 ਲੱਖ ਤੇ 54 ਹਜ਼ਾਰ ਕਿੰਨੀਆਂ ਕਾਲ ਆ ਗਈਆਂ ਭਗਵੰਤ ਮਾਨ ਹੋਣੀ ਲਈ ਵੀ ਉਹ ਕਹਿੰਦੇ ਵੀ ਟੈਕਨੀਕਲੀ ਇਹ ਪੋਸੀਬਲ ਨਹੀਂ ਚਲੋ ਉਹ ਤੇ ਕਲੈਰੀਫਿਕੇਸ਼ਨ ਕਈ ਆ ਗਈਆਂ ਕਿ ਸੱਚੀ ਮੁੱਤੀ ਇਦਾਂ ਪੋਸੀਬਲ ਹੈਗਾ ਦੇਖੋ ਟੈਕਨੋਲੋਜੀ ਦਾ ਜ਼ਮਾਨਾ ਹੈ ਜੀ ਔਰ ਟੈਕਨੋਲੋਜੀ ਚ ਬਹੁਤ ਸਖੁਸ਼ ਸੰਭਵ ਹੈਗਾ ਹੋ ਸਕਦਾ ਸਿੱਧੂ ਸਾਹਿਬ ਨੇ ਉਸ ਪੁਆਇੰਟ ਨਾਲ ਨਹੀਂ ਦੇਖਿਆ ਜਾਂ ਟੈਕਨੀਕਲੀ ਉਹਨਾਂ ਦੇ ਜਿਹੜਾ ਜਿਹੜਾ ਵੀ ਐਡਵਾਈਜ਼ਰ ਸੀ ਉਹਨਾਂ ਨੂੰ ਨਹੀਂ ਦੱਸ ਸਕਿਆ ਪਰ ਮੈਨੂੰ ਲੱਗਦਾ ਮੁੱਦਾ ਇਹ ਤੇ ਹੈ ਹੀ ਨਹੀਂ ਨਾ ਪੰਜਾਬ ਦਾ ਵੀ ਕੌਲਾਂ ਕਿਨੂੰ ਕਿੰਨੇ ਵਾਸਤੇ ਆਏ ਗੱਲ ਮੁੱਦਾ ਤੇ ਆ ਵੀ ਪੰਜਾਬ ਵਾਸਦੇ ਏਜੰਡਾ ਕੀ ਹੋਣਾ ਚਾਹੀਦਾ ਪੰਜਾਬ ਦੇ ਮੁੱਦੇ ਕੀ ਹੋਣੇ ਚਾਹੀਦੇ ਆ ਪੰਜਾਬ ਨੂੰ ਵਧੀਆ ਸਰਕਾਰ ਕੌਣ ਦੇ ਸਕਦਾ ਹੈ ਪੰਜਾਬ ਚ 3 ਲੱਖ ਕਰੋੜ ਦਾ ਕਰਜ਼ਾ ਚੜਿਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪਰ ਤਾਂ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪਰ ਤਾਂ ਪੰਜਾਬ ਦੇ ਇੰਸਟੀਟਿਊਸ਼ਨਸ ਚਾਹ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਚ ਜਿਹੜੀ ਫਾਈਨੈਂਸ਼ੀਅਲੀ ਕ੍ਰਾਈਸਿਸ ਆ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇਸ਼ੂ ਤੇ ਇਹ ਆ ਸਾਡੀ ਕਿਸਾਨੀ ਖਤਰੇ ਚ ਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਂ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਇਸ਼ੂ ਸਾਡੇ ਇਹ ਆ ਕੌਲਾਂ ਕਿਸੇ ਨੂੰ ਘਟ ਆ ਰਹੀਆਂ ਵੱਧ ਆ ਰਹੀਆਂ ਮੈਨੂੰ ਲੱਗਦਾ ਇਹ ਮੁੱਦਾ ਹੀ ਨਹੀਂ ਹੈ ਪੰਜਾਬ ਦਾ ਖੁਦ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਵੀ 93 ਫੀਸਦੀ ਕਾਲ ਜਿਹੜੀਆਂ ਨੇ ਉਹ ਭਗਵੰਤ ਮਾਨ ਬਾਰੇ ਆਈਆਂ ਨੇ ਵੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਪਰ ਜਿਹੜਾ ਚੋਣ ਪ੍ਰਚਾਰ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਨੇ ਉਹਦੇ 'ਚ ਫੇਰ ਉਹੀ ਸੈਂਟੈਂਸ ਹੈ ਇੱਕ ਵਾਰ ਮੌਕਾ ਦਿਓ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਕਿਉਂ ਨਹੀਂ 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 ਉਹਦੇ ਚ ਇਹ ਇਹ ਸਲੋਗਨ ਹੈ ਜੀ ਹਮ ਹੁਣ ਨਹੀਂ ਖਾਣਾ ਧੋਖਾ ਓਕੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਣਾ ਹੁਣ ਮੌਕਾ ਮਤਲਬ ਇਹ ਲਿਆ ਕਿਤੇ ਨਾ ਕੇਜਰੀਵਾਲ ਸਾਹਿਬ ਸਾਡੇ ਨੈਸ਼ਨਲ ਲੀਡਰ ਹੈ ਓਕੇ ਔਰ ਸਵਾਭਿਕ ਤੌਰ ਤੇ ਕਾਂਗਰਸ ਦਾ ਵੀ ਤੁਸੀਂ ਕੋਈ ਦੇਖੂਗੇ ਤਾਂ ਉਹਨਾਂ ਦੀ ਨੈਸ਼ਨਲ ਲੀਡਰਸ਼ਿਪ ਦਾ ਵੀ ਫੋਟੋ ਵੀ ਹੁੰਦਾ ਸਲੋਗਨ ਨਹੀਂ ਨਾਮ ਵੀ ਹੁੰਦਾ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਇਹਦੇ ਚ ਕੋਈ ਮਾੜੀ ਗੱਲ ਵੀ ਨਹੀਂ ਭਾਜਪਾ ਦਾ ਵੀ ਦੇਖੋ ਹਰੇਕ ਥਾਂ ਮੋਦੀ ਸਾਹਿਬ ਦਾ ਵੀ ਫੋਟੋ ਹੋਊਗਾ ਜੇਪੀ ਨੱড্ডা ਜੀ ਦਾ ਵੀ ਹੋਊਗਾ ਜੇ ਸਟੇਟ ਲੀਡਰਸ਼ਿਪ ਦਾ ਹੋਊਗਾ ਤੇ ਭਗਵੰਤ ਮਾਨ ਜੀ ਪੰਜਾਬ ਦੇ ਲੀਡਰ ਹੈ 93% ਹੋਣਾ ਹੀ ਹੈ ਕਿਉਂਕਿ ਪੰਜਾਬ ਸਭ ਤੋਂ ਪੌਪੂਲਰ ਲੀਡਰ ਹੈ ਇਸ ਟਾਈਮ ਉਹ ਲੋਕਾਂ 'ਚ ਉਹਨਾਂ ਦੀ ਲੋਕਪ੍ਰਿਅਤਾ ਵੱਧ ਰਹੀ ਹੈ ਲੋਕਾਂ 'ਚ ਉਹਨਾਂ ਨੇ ਅਜੇ ਲੋਕ ਸਭਾ ਮੈਂਬਰ ਦੋ ਟਰਮਾਂ ਕੰਮ ਕਰਕੇ ਔਰ ਇੱਕ ਜਵਾਬਦੇਹੀ ਨਾਲ ਕੰਮ ਕਰਕੇ ਟਰਾਂਸਪੇਰੈਂਸੀ ਨਾਲ ਕੰਮ ਕਰਕੇ ਦਿਖਾਇਆ ਮੈਨੂੰ ਲੱਗਦਾ ਹੈ ਵੀ ਇਹਦੇ ਚ ਕੋਈ ਮਾੜੀ ਗੱਲ ਨਹੀਂ ਕੇਜਰੀਵਾਲ ਸਾਹਿਬ ਨੈਸ਼ਨਲ ਕਨਵੀਨਰ ਹੈ ਉਹਨਾਂ ਦੀ ਅਗਵਾਈ ਚ ਪਾਰਟੀ ਕੰਮ ਕਰਦੀ ਆ ਚਾਹੇ ਉਹ ਪੰਜਾਬ ਚ ਹੋਵੇ ਚਾਹੇ ਉੱਤਰਾਖੰਡ ਚ ਹੋਵੇ ਦਿੱਲੀ ਚ ਹੋਵੇ ਗੋਆ ਚ ਹੋਵੇ ਪੰਜਾਬ ਦਾ ਪ੍ਰਧਾਨ ਸਾਡਾ ਭਗਵੰਤ ਮਾਨ ਮੈਨੂੰ 2017 ਦੀ ਇਲੈਕਸ਼ਨ ਦਾ ਦ੍ਰਿਸ਼ ਜ਼ਿਆਦਾ ਕਰੇ ਮੈਂ ਬਹੁਤ ਨੇੜਿਓਂ ਕਵਰ ਕੀਤਾ ਸੀ ਉਦੋਂ ਉਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਲੱਗਦਾ ਸੀ ਵੀ ਪੰਜਾਬ ਦੀ ਹਰੇਕ ਕੰਧ ਤੇ ਲੋਕਾਂ ਨੇ ਆਪ ਹੀ ਲਿਖ ਦਿੱਤਾ ਵੀ ਇਸ ਵਾਰ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਆਊਗੀ 100 ਸੀਟਾਂ ਲੈ ਕੇ ਜਾਊਗੀ ਘੱਟੋ ਘੱਟ 117 ਚ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਹੁਣਾਂ ਨੂੰ ਪਾਰਟੀ ਚੋਂ ਕੱਢਿਆ ਹੋਰ ਵੱਡੇ ਵੱਡੇ ਲੀਡਰ ਕੱਢੇ ਤੇ ਦੁਰਗੇਸ਼ ਪਾਠਕ ਮੇਰਾ ਉਹਨੂੰ ਇੱਕ ਸਵਾਲ ਸੀ ਵੀ ਲੱਗਦਾ ਏ ਵੀ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਪਰ ਪੱਤਰਕਾਰ ਭਾਈ ਜਾਰੇ ਤੇ ਇਹ ਗੱਲ ਚੱਲਦੀ ਵੀ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਗਏ ਨੇ ਦੁਖੀ ਹੋ ਗਏ ਨੇ ਬਹੁਤ ਪਰੇਸ਼ਾਨ ਨੇ ਉਹਨਾਂ ਤੋਂ ਖਿਹੜਾ ਛਡਾਉਣ ਦੀ ਤੁਹਾਡੇ ਲਈ ਆ ਰਹੇ ਨੇ ਵੀ ਤੁਸੀਂ ਮਨਮਰਜ਼ੀ ਨਾ ਕਰੋ ਪਰ ਹੁਣ ਵੀ ਇਦਾਂ ਨਹੀਂ ਲੱਗਦਾ ਵੀ ਕਿਤੇ ਸਾਰਾ ਕੁਝ ਦਿੱਲੀ ਘੜੀ ਹੈ ਤੇ ਇਥੋਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੈ ਦੇਖੋ 2017 ਦਾ ਤੇ ਹੁੰਦਾ ਬੁਨਿਆਦੀ ਫਰਕ ਇਹ ਸੀ ਵੀ 2017 ਚ ਇੱਕ ਤੇ ਜੱਥੇਵੰਦਕ ਢਾਂਚਾ ਬੜਾ ਕਮਜ਼ੋਰ ਸੀ ਪਾਰਟੀ ਦਾ ਪਾਰਟੀ ਨਵੀਂ ਆਈ ਸੀ ਉਸ ਲੈਵਲ ਤੇ ਪਿੰਡਾਂ ਤੱਕ ਬੂਥ ਤੱਕ ਨਹੀਂ ਪਹੁੰਚੀ ਸੀ ਹੂੰ ਹੂੰ ਦੂਸਰਾ ਸਭ ਤੋਂ ਵੱਡਾ ਮੈਨੂੰ ਲੱਗਦਾ ਮਿਸਟੇਕ ਰਹੀ ਹੈ ਵੀ ਚੀਫ ਮਿਨਿਸਟਰ ਦੇ ਕੈਂਡੀਡੇਟ ਨਾਲ ਪਾਰਟੀ ਇਲੈਕਸ਼ਨ 'ਚ ਨਹੀਂ ਗਈ ਦੇਕਲੇਅਰ ਨਹੀਂ ਕੀਤਾ ਨਹੀਂ ਕੀਤਾ ਡਿਕਲੇਅਰ ਨਹੀਂ ਕੀਤਾ ਸੀ ਇਸ ਵਾਰ ਪਾਰਟੀ ਨੇ ਦੋਨੋਂ ਗਲਤੀਆਂ ਨੂੰ ਆਪਣੀਆਂ ਨੂੰ ਸੁਧਾਰਿਆ ਓਕੇ ਪਿਛਲੇ 5 ਸਾਲਾਂ 'ਚ ਜਥੇਵੰਦਕ ਢਾਂਚੇ ਨੂੰ ਵੀ ਬਹੁਤ ਮਜ਼ਬੂਤੀ ਦਿੱਤੀ ਆ ਕੋਸ਼ਿਸ਼ ਕੀਤੀ ਆ ਬੂਥ ਲੈਵਲ ਤੇ ਕਮੇਟੀਆਂ ਬਣਾ ਕੇ ਆਲਮੋਸਟ ਕਾਫੀ 90% ਤੋਂ ਉੱਪਰ ਕਨਸਟੈਂਸੀਆਂ ਤੱਕ ਹਲਕਿਆਂ ਤੱਕ ਕਬੂਥਾਂ ਤੱਕ ਪਾਰਟੀ ਪਹੁੰਚੀ ਐ ਦੂਸਰਾ ਸੀਐਮ ਦਾ ਕੈਂਡੀਡੇਟ ਵੀ ਅਸੀਂ ਦਿੱਤਾ ਔਰ ਦਿੱਤਾ ਵੀ ਉਹ ਬੰਦਾ ਜਿਹੜਾ ਪੰਜਾਬ ਚ ਸਭ ਤੋਂ ਵੱਧ ਇਸ ਟਾਈਮ ਪੌਪੂਲਰ ਹੈ ਜਿਹਦੀ ਪੰਜਾਬ ਦੇ ਲੋਕ ਚਾਹੁੰਦੇ ਵੀ ਇਹ ਮੁੱਖ ਮੰਤਰੀ ਬਣੇ ਪੰਜਾਬ ਦਾ ਉਹ ਜਿੰਨੇ ਰਾਜਨੀਤੀ ਚ ਜਿਹੜਾ ਇਕਲੌਤਾ ਐ ਐਸਾ ਪੋਲਿਟਿਸ਼ੀਅਨ ਐ ਇਸ ਟਾਈਮ ਪੰਜਾਬ ਚ ਜਿਹਦੀ ਰਾਜਨੀਤੀ ਚੋਂਣ ਤੋਂ ਬਾਅਦ ਪ੍ਰਾਪਰਟੀ ਘਟੀ ਆ ਵਧੀ ਨਹੀਂ ਹੂੰ ਹੂੰ ਸੋ ਮੈਨੂੰ ਲੱਗਦਾ ਐ ਵੀ ਪਾਰਟੀਆਂ ਹਮੇਸ਼ਾ ਪਿਛਲੀਆਂ ਗਲਤੀਆਂ ਤੋਂ ਸਿੱਖਦੀਆਂ ਆ ਔਰ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੀ ਰਹਿੰਦੀ ਹੈ ਕਿਸੇ ਵੀ ਚੀਜ਼ 'ਚ ਇਸ ਵਾਰ ਪਾਰਟੀ ਹੋਰ ਜ਼ਿਆਦਾ ਤਿਆਰੀ ਨਾਲ ਹਾਂ ਹਾਂ ਔਰ ਰਹੀ ਗੱਲ ਦਿੱਲੀ ਦੀ ਲੀਡਰਸ਼ਿਪ ਦੀ ਦੇਖੋ ਸੈਂਟਰ ਲੀਡਰਸ਼ਿਪ ਦੀ ਇੰਟਰਫੇਰੈਂਸ ਤੇ ਰਹਿੰਦੀ ਆ ਕਿਸੇ ਨੈਸ਼ਨਲ ਪਾਰਟੀ ਚ ਲੇਕਿਨ ਅਲਟੀਮੇਟਲੀ ਸਟੇਟ ਚ ਜਿਹੜੀ ਸਟੇਟ ਦੀ ਯੂਨਿਟ ਹੁੰਦੀ ਉਹਨੇ ਹੀ ਕੰਮ ਕਰਨਾ ਹੁੰਦਾ ਹਾਂ ਹਾਂ ਹੁਣ ਤੁਹਾਨੂੰ ਜ਼ਰੂਰ ਇਲੈਕਸ਼ਨ ਦੇ ਲਾਗੇ ਲੱਗ ਰਿਹਾ ਹੋਊਗਾ ਕਿਉਂਕਿ ਹੁਣ ਸਾਡੇ ਜਿਹੜੇ ਮੇਨ ਵੱਡੇ ਲੀਡਰ ਆ ਉਹ ਆਪਣੀ ਆਪਣੀਆਂ ਕਨਸਟੈਂਸੀਆਂ ਚ ਰੁੱਝੇ ਹੋਏ ਆ ਤੇ ਉਹ ਸੁਭਾਵਿਕ ਤੌਰ ਤੇ ਵੀ ਪਾਰਟੀ ਦੀ ਇੱਕ ਸਟਰੈਟਜੀ ਹੁੰਦੀ ਆ ਕੰਗ ਸਰ ਇੱਕ ਆਪਲੇ ਵਲੰਟਰੀ ਵੱਲੋਂ ਬੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿੰਨੇ ਉਹ ਦਲ ਬਦਲੂ ਆਏ ਨੇ ਕੋਈ ਅਕਾਲੀ ਕੋਈ ਕਾਂਗਰਸੀ ਜਾਂ ਕੋਈ ਭਾਜਪੀ ਦਾ ਜਿਨ੍ਹਾਂ ਨੂੰ ਆਪ ਨੇ ਟਿਕਟਾਂ ਦਿੱਤੀਆਂ ਬੜਾ ਵਾਜਬ ਸਵਾਲ ਤੇ ਰੋਸ ਲੱਗਦਾ ਹੈ ਵੀ ਵਲੰਟੀਅਰ ਕਹਿੰਦੇ ਨੇ ਵੀ ਜਿੰਨਾਂ ਦੇ ਵਿਰੁੱਧ ਸਾਡੇ ਕੋਲੋਂ ਪ੍ਰਚਾਰ ਕਰਉਂਦੇ ਰਹੇ ਵੀ ਅਕਾਲੀ ਦਲ ਨੇ ਬੀਜੇਪੀ ਨੇ ਕਾਂਗਰਸ ਨੇ ਇਹਨਾਂ ਨੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਜਿਵੇਂ ਤੁਸੀਂ ਦੱਸਿਆ ਕਰਜ਼ੇ ਦੀ ਢੋਪਤਾ ਬੇਜ਼ਗਾਰੀ ਦੀ ਢੋਪਤਾ ਤੇ ਜਦੋਂ ਉਹਨਾਂ ਨੂੰ ਆਪ ਚ ਸ਼ਾਮਲ ਕਰਕੇ ਸਾਫੇ ਪਾ ਕੇ ਟਿਕਟਾਂ ਦੇ ਦਿੰਦੇ ਜੇ ਤੇ ਇਹ ਕਿੱਥੋਂ ਤੱਕ ਵਾਜਬ ਹੈ ਨਹੀਂ ਦੇਖੋ ਕੋਸ਼ਿਸ਼ ਤੇ ਇਹ ਰਹੀ ਆ ਵੀ ਜਿਹੜੇ ਸਾਫ ਸੁਥਰੇ ਅਕਸ ਵਾਲੇ ਲੋਕ ਆ ਨਹੀਂ ਜਿਹੜੇ ਆਪ ਚ ਆ ਜਾਂਦੇ ਉਹ ਸਾਫ ਸੁਥਰੇ ਹੋ ਜਾਂਦੇ ਨਹੀਂ ਦੱਸ ਦਿਨਾ ਨਾ ਐਗਜ਼ਾਮਪਲ ਮੰਨ ਲਓ ਖੁਡੀਆਂ ਸਾਹਿਬ ਆਏ ਆ ਹੂੰ ਤਰਮਕੋੜ ਤੋਂ ਦਵਿੰਦਰ ਲਾੜੀ ਆਇਆ ਹੈ ਹਾਂ ਜਾਂ ਕੁਲਜੀਤ ਸਿੰਘ ਰੰਧਾਵਾ ਆਇਆ ਡੇਰਾ ਬਸੀ ਤੋਂ ਹਾਂ ਹਾਂ ਮਤਲਬ ਪਾਰਟੀ ਨੇ ਕੋਸ਼ਿਸ਼ ਕੀਤੀ ਆ ਜਿਹੜੇ ਸਾਫ਼ ਸੁਥਰੇ ਅਕਸ ਵਾਲੇ ਵੀ ਲੋਕ ਚਾ ਦੂਸਰੀਆਂ ਪਾਰਟੀਆਂ ਚ ਆ ਹਾਂ ਹਾਂ ਉਹਨਾਂ ਨੂੰ ਦਿੱਤੀ ਆ ਵੇ ਦੂਸਰੀ ਗੱਲ ਵਿਨੇਬਿਲਟੀ ਵੀ ਆ ਓਕੇ ਤੀਸਰੀ ਗੱਲ ਵੀ ਪਾਰਟੀ ਨਵੀਆਂ ਪਾਰਟੀ ਨੂੰ ਕਿਤੇ ਬਹੁਤ ਪੁਰਾਣੀ ਹੋ ਗਈ ਕਾਗ ਨਹੀਂ ਚਲੋ ਪੰਜਾਬ ਦੇ ਪੁਆਇੰਟ ਆਫ 뷰 ਨਾਲ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਜਥੇਬੰਦਕ ਢਾਂਚਾ ਵੀ ਨਹੀਂ ਸੀ ਸਾਨੂੰ ਕਈ ਉਹ ਸੀਟਾਂ ਤੇ ਲੋਡ ਵੀ ਸੀਗੀ ਵੀ ਜੇ ਬੰਦੇ ਸਾਫ ਸੁਥਰੇ ਆ ਜਾਣ 2014 ਚ 4 ਸੀਟਾਂ ਜਿੱਤ ਲੀਆਂ ਵੱਡੇ ਪੱਧਰ ਤੇ ਲੋਕ ਸਭਾ ਦੀ ਚੋਣਾਂ ਚ ਵੋਟਾਂ ਲੀਆਂ ਹੁਣ ਤੇ ਪੁਰਾਣੀ ਹੋ ਗਈ ਐ ਹਾਂ ਨਹੀਂ ਠੀਕ ਆ ਉਹ ਵੀ ਗੱਲ ਪਰ ਜਿਹੜਾ ਇਲੈਕਸ਼ਨ ਲੜਨ ਵਾਲਾ ਸਟਾਫ ਹੁੰਦਾ ਆ ਉਹਦਾ ਤੇ ਦੂਸਰੇ ਵਰਕਰ ਦਾ ਬੜਾ ਫਰਕ ਹੁੰਦਾ ਔਰ ਪਾਰਟੀ ਨੇ ਕੋਸ਼ਿਸ਼ ਇਹੀ ਕੀਤੀ ਆ ਹੋ ਸਕਦਾ ਮੈਂ ਵੀ ਤੁਹਾਡੀ ਗੱਲ ਤੋਂ ਵੀ ਐਗਰੀ ਕਰਦਾ ਕੁਝ ਥਾਵਾਂ ਤੇ ਕਮੀਆਂ ਰਹੀਆਂ ਹੋਣਗੀਆਂ ਪਰ ਉਹਨੂੰ ਅਗਲੀ ਆਉਣ ਵਾਲੇ ਟਾਈਮ ਸੁਧਾਰਾਂਗੇ ਕਾਂਗ ਸਰ ਆਪਾ ਆਪ ਬੀਜੇਪੀ ਤੋਂ ਅੱਗੇ ਲੰਗੀਏ ਪੰਜਾਬ ਦੀ ਗੱਲ ਕਰੀਏ ਤੁਸੀਂ ਪੰਜਾਬ ਦੇ ਕਈ ਵਾਰ ਹੀ ਦੇਖਿਆ ਬੜੇ ਚਿੰਤਤ ਰਹੇ ਜਿਤ ਇਹ ਇਸ ਵਾਰ ਦੇ ਇਲੈਕਸ਼ਨ ਵਿੱਚ ਆਪ ਆ ਗਈ ਕਾਂਗਰਸ ਆ ਗਈ ਨਵਾਂ ਗੱਠ ਰੋਡ ਬਣਿਆ ਅਕਾਲੀ ਦਲ ਬੋਧਿ ਸਮਾਜ ਪਾਰਟੀ ਦਾ ਨਵਾਂ ਗੱਠ ਜੁੜ ਬਣਿਆ ਭਾਜਪਾ ਪੰਜਾਬ ਲੋਕ ਕਾਂਗਰਸ ਤੇ ਸ਼ਰਮ ਦੀ ਅਕਾਲੀ ਦਲ ਸੰਯੁਕਤ ਦਾ ਤੇ ਸੰਯੁਕਤ ਸ ਸਮਾਜ ਮੋਰਚਾ ਤੇ ਸੰਜੁਗਤ ਸੰਘਰਸ਼ ਮੋਰਚਾ ਰਾਦੇਵਾਲ ਤੇ ਚਰੂਨੀ ਹੋਣਾ ਵਾਲਾ ਤਿੰਨ ਦੀ ਥਾਂ ਤੇ ਪੰਜ ਧਿਰਾਂ ਤੇ ਵੱਡੇ ਤੌਰ ਤੇ ਉੱਪਰ ਕੇ ਸਾਹਮਣੇ ਆ ਗਿਆ ਕੁਝ ਖੱਬੀਆਂ ਧਿਰਾਂ ਵੀ ਜਿਹੜੀਆਂ ਸੀਪੀਆਈ ਸੀਪੀਐਮ ਸੀਪੀਆਈ ਐਮਐਲ ਉਹ ਵੀ ਇਲੈਕਸ਼ਨ ਲੜ ਰਹੀਆਂ ਇਹ ਜਿਹੜਾ ਤਿੰਨ ਤੋਂ ਪੰਜ ਧਿਰਾਂ ਪੰਜਾਬ ਦੇ ਅਖਾੜੇ ਚ ਇਸ ਵਾਰ ਆਈਆਂ ਇਹਨੂੰ ਕਿਵੇਂ ਤੁਸੀਂ ਦੇਖਦੇ ਜ ਫਾਇਦਾ ਕੀ ਤੇ ਨੁਕਸਾਨ ਕੀ ਹੈ ਦੇਖੋ ਪੰਜਾਬ ਦੇ ਰਾਜਨੀਤੀ ਚ ਨਾ ਡਰਾਸਟਿਕ ਚੇਂजेस ਹੋਣੇ ਆ ਭਾਜੀ ਅਗਲੇ 2022 ਤੋਂ ਬਾਅਦ ਓਕੇ ਇਸ ਵਾਰ ਵੀ 노 ਡਾਊਟ ਸਰਕਾਰ ਆਵਾ ਦੀ ਪਾਰਟੀ ਦੀ ਬਣੂਗੀ ਲੇਕਿਨ ਬਹੁਤ ਸਾਰੇ ਦੂਜੀਆਂ ਪਾਰਟੀਆਂ ਚ ਵੀ ਜਿਹੜੇ ਸਾਫ਼ ਸੁਥਰੇ ਐਕਸ ਵਾਲੇ ਲੋਕ ਆ ਨੌਜਵਾਨ ਖਾਸ ਉਹਨਾਂ ਨੂੰ ਲੋਕਾਂ ਨੇ ਮੌਕਾ ਦੇਣਾ ਹੈ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਪ੍ਰਭਾਵ ਹੈਗਾ ਪੰਜਾਬ ਤੇ ਅਵੇਅਰ ਕੀਤਾ ਅਵੇਅਰਨੈਸ ਨੂੰ ਵੀ ਸਾਡਾ ਜਿਹੜਾ ਨੁਮਾਇੰਦਾ ਆ ਜਿਹੜਾ ਰਿਪਰੈਜ਼ੈਂਟੇਟਿਵ ਐ ਲੋਕਾਂ ਦਾ ਚਾਹੇ ਉਹ ਐਮਐਲਏ ਐਮਪੀ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਕ੍ਰੈਡਿਬਿਲਟੀ ਜਵਾਬ ਦੇ ਹੀ ਕੀ ਆ ਉਹ ਲੋਕਾਂ ਚੋਂ ਦਾ ਰਸੂਖ ਕੀ ਆ ਉਹਦਾ ਕਿਰਦਾਰ ਕੀ ਆ ਇਹ ਪੂਰਨ ਛਾਣ ਹੋਣੀ ਆ ਹੋਣੀ ਆ ਇਹ ਜਿਹੜੇ ਠੇਕੇਦਾਰ ਬਣੇ ਹੋਏ ਸੀ ਨਾ ਕੁਝ ਪਰਿਵਾਰ ਪੰਜਾਬ ਦੇ ਇਹ ਇਧਰ ਆਪਸ ਸਾਰੇ ਹਮਮ ਰਿਸ਼ਤੇਦਾਰ ਵੀ ਸੀ ਓਕੇ ਤੇ ਦੋਨਾਂ ਪਾਰਟੀਆਂ ਚ ਇਹ ਰਾਜ ਕਰਦੇ ਸੀ ਇਹ ਇਹ ਠੇਕੇਦਾਰੀ ਪ੍ਰਥਾ ਹੋ ਜਾਣੀ ਹੈ ਹੁਣ ਖਤਮ ਪੰਜਾਬ ਨੇ ਇਸ 2022 ਦੀ 2022 ਦੇ ਇਲੈਕਸ਼ਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਚੇਂਜ ਆਊਗਾ ਪੰਜਾਬ 'ਚ ਡਿਬੇਟ ਔਰ ਡਿਸਕਸ਼ਨ ਵਾਲੀ ਪੋਲਿਟਿਕ ਸ਼ੁਰੂ ਹੋਊਗੀ ਪੰਜਾਬ 'ਚ ਅਕਾਉਂਟੇਬਿਲਟੀ ਵਾਲੀ ਰਾਜਨੀਤੀ ਆਊਗੀ ਇਹ 'ਚ ਕੋਈ ਦੋਹrai ਨਹੀਂਗੀ ਲੋਕ ਸਵਾਲ ਜਵਾਬ ਕਰਿਆ ਕਰਨਗੇ ਤੇ ਜਿਹੜਾ ਰਿਪ੍ਰেজੈਂਟੇਟਿਵ ਹੈ ਉਹਨੂੰ ਵੀ ਲੋਕਾਂ ਨੂੰ ਜਵਾਬ ਦੇਣੇ ਪਿਆ ਕਰਨਗੇ ਇਹ ਹੁਣੇ ਹੀ ਹੋਣਾ ਆ ਔਰ ਇਹਦੇ ਲਈ ਆਮ ਆਦਮੀ ਪਾਰਟੀ ਦਾ ਵੀ ਰੋਲ ਹੈਗਾ ਆ ਉਹ ਕਿਉਂਕਿ ਸਵਾਲ ਪੁੱਛਣ ਦਾ ਜਿਹੜਾ ਪਰੰਪਰਾ ਉਹ ਤੇ ਭਗਵੰਤ ਮਾਨ ਨੇ ਸ਼ੁਰੂ ਕਰਾਈ ਆ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਰੋਲ ਹੈ ਔਰ ਜਿਹੜਾ ਸਾਡਾ ਨੌਜਵਾਨ ਸੋਸ਼ਲ ਮੀਡੀਆ ਨਾਲ ਜਾਗਰੂਕ ਹੋਇਆ ਉਹਦੇ ਕਰਕੇ ਇਹ ਰਾਜਨੀਤਿਕ ਚੇਂਜ ਡਰਾਸਟਿਕ ਚੇਂਜ ਹੋਣਗੇ ਇੱਕ ਕੰਗਸਾ ਪੰਜਾਬ ਚ ਕਿਤੇ ਨਾ ਕਿਤੇ ਲੋਕਾਂ ਚ ਇਹ ਵੀ ਚਰਚਾ ਆਇਆ ਵੀ ਜਿਹੜੇ ਇਹ ਚਾਹ ਰਹੇ ਨੇ ਵੀ ਰਵਾਇਤੀ ਪਾਰਟੀਆਂ ਦਾ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਵੀ ਕਿਤੇ ਨਾ ਕਿਤੇ ਗਲਤੀ ਹੋਈ ਐ ਜੇ ਆਮ ਆਦਮੀ ਪਾਰਟੀ ਸੰਯੁਕਤ ਸਮਾਜ ਮੋਰਚੇ ਨਾਲ ਗੱਠਜੋੜ ਕਰ ਲੈਂਦੀ ਤੇ ਟਿਕਟਾਂ ਦਾ ਲੈ ਦੇ ਕਰ ਲੈਂਦੀ ਤੇ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦੇ ਤੇ ਗੱਲ ਬੜੀ ਸਿੱਧੀ ਸੀ ਇਹ ਗੱਠਜੋੜ ਸਿੱਧਾ ਹੀ ਵਿਧਾਨ ਸਭਾ 'ਚ ਪਹੁੰਚ ਜਾਣਾ ਸੀ ਇਹਦੇ ਨੇੜੇ ਤੇੜੇ ਕਿਸੇ ਨੇ ਨਹੀਂ ਰਹਿਣਾ ਚਲੋ ਉਹਦੇ ਤੇ ਹੁਣ ਜਿਹੜਾ ਜਿਹੜਾ ਕੰਮ ਹੋ ਨਹੀਂ ਸਕਿਆ ਉਹਦੇ ਤੇ ਮੈਨੂੰ ਲੱਗਦਾ ਵੀ ਮੇਰਾ ਕਮੈਂਟ ਕਰਨਾ ਹੁਣ ਬਣਦਾ ਨਹੀਂ ਆ ਸਾਡੀਆਂ ਤੋਂ ਹੁਣ ਸ਼ੁਭ ਕਾਮਨਾਵਾਂ ਹੀ ਆ ਰਾਜੇਵਾਲ ਸਾਹਿਬ ਬਹੁਤ ਸੁਲਝੇ ਹੋਏ ਸਿਆਣੇ ਔਰ ਬੜਾ ਸੰਘਰਸ਼ ਹੈ ਉਹਨਾਂ ਦਾ ਕਿਸਾਨੀ ਲਈ ਅਸੀਂ ਉਹਨਾਂ ਦੀ ਇੱਜ਼ਤ ਵੀ ਕਰਦੇ ਹਾਂ ਹੁਣ ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਵੀ ਸਾਡੀ ਲੀਡਰਸ਼ਿਪ ਨੇ ਰੱਖਤੀਆਂ ਐਵੇ ਅਲਾਈਅੰਸ ਕਿਉਂ ਨਹੀਂ ਹੋ ਪਾਇਆ ਜਾਂ ਕਿੱਥੇ ਰਹਿ ਗਿਆ ਕੀ ਕਮੀ ਰਹਿ ਗਈ ਆ ਮੈਨੂੰ ਲੱਗਦਾ ਹੁਣ ਉਸ ਤੋਂ ਉੱਪਰ ਹੁਣ ਇਲੈਕਸ਼ਨ ਦੀ ਗੱਲ ਹੈ ਹੁਣ ਇਲੈਕਸ਼ਨ ਚ ਲੋਕਾਂ ਨੇ ਸਵਾਰਾਵਾਂ ਦੀ ਪਾਰਟੀ ਨੂੰ ਮੌਕਾ ਦੇਣਾ ਬੜੇ ਵਾਦੇ ਹੋ ਰਹੇ ਆ ਤੁਹਾਡੀ ਪਾਰਟੀ ਨੇ ਬਹੁਤ ਕਿਤੇ ਖਾਸ ਕਰਕੇ ਲੋਕਾਂ ਦੇ ਘਰਾਂ 'ਚ ਨੋਟਸ ਉਟੰਦੇ ਆ ਅਕਾਲੀ ਦਲ ਨੇ ਕੀਤੇ ਕਾਂਗਰਸ ਵੀ ਕਰਿਆ ਸਾਰੇ ਕਰ ਰਹੇ ਨੇ ਤੁਸੀਂ ਬੱਸ ਸਿਆਣੇ ਦੇ ਤੁਸੀਂ ਇਹ ਦੱਸੋ ਵੀ ਪੰਜਾਬ ਜਿਹੜੇ 4-5 ਮੁੱਖ ਮੁੱਦਿਆਂ 'ਚ ਫਸਿਆ ਹੈ ਡਰੱਗ, ਬੇਰੋਜ਼ਗਾਰੀ, ਕਰਜੇ 'ਚ ਤੇ ਜਿਹੜਾ ਇੱਕ ਕ੍ਰੀਮ ਪੰਜਾਬ ਦੀ ਨਵੀਂ ਪੀੜ੍ਹੀ ਜਿਹੜੀ ਹੈ ਉਹ ਵਿਦੇਸ਼ਾਂ ਦੇ ਜਹਾਜ਼ਾਂ 'ਤੇ ਚੜ-ਚੜ ਭੱਜ ਰਹੀ ਹੈ ਨਾ ਉਹਨਾਂ ਨੂੰ ਇੱਥੇ ਨੌਕਰੀ ਮਿਲ ਨਹੀਂ ਤੇ ਨਾ ਉਹਨਾਂ ਦਾ ਹੁਣ ਜ਼ੇਲੀ ਲੱਗਦਾ ਇੱਥੇ ਇਹ ਸਾਰੇ ਨੂੰ ਖਤਮ ਕਰਨ ਲਈ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਕੋਈ ਹੱਲ ਦੇ ਦਾ ਨਿਕਲੇ ਐਕਚੁਅਲ ਚ ਕੀ ਆ ਭਾਜੀ ਮੈਂ ਤੁਹਾਨੂੰ ਦੱਸਾਂ ਬੜੀ ਬਦਕਿਸਮਤੀ ਵਾਲੀ ਗੱਲ ਐ ਇਹ ਬੜਾ ਵਧੀਆ ਸਵਾਲ ਐ ਮੇਰਾ ਸਭ ਤੋਂ ਫੇਵਰੇਟ ਸਵਾਲ ਕੀਤਾ ਹੁੰਦਾ ਜਿਹਨੂੰ ਪੰਜਾਬ ਦੀ ਚਿੰਤਾ ਉਹਨੂੰ ਲੱਗਦਾ ਐ ਐਕਚੁਅਲ ਚ ਨਾ ਇੱਕ ਲੋਕਾਂ ਚ ਨਾ ਅਭਿਸ਼ਵਾਸ ਦੀ ਭਾਵਨਾ ਪੈਦਾ ਹੋ ਗਈ ਐ ਪੋਲੀਟੀਕਲ ਲੀਡਰਾਂ ਬਾਰੇ ਐਗਜੈਕਟਲੀ ਹਮ ਨਾ ਤੇ ਮੈਨੂੰ ਲੱਗਦਾ ਨੌਕਰੀਆਂ ਦੀ ਕਮੀ ਐ ਓਕੇ ਨਾ ਟੈਲੈਂਟ ਦੀ ਕਮੀ ਐ ਬਿਲਕੁਲ ਠੀਕ ਨਾ ਮਾਹੌਲ ਦੀ ਕਮੀ ਐ ਗੱਲ ਐ ਵੀ ਫਿਕਰਮੰਦ ਪੋਲੀਟੀਕਲ ਕਲਾਸ ਗਾਇਬ ਐ ਜਿਹੜੀ ਰੂਲ ਕਰਦੀ ਐ ਪੁਰਾਣੇ ਜ਼ਮਾਨੇ ਚ ਜਿਹੜਾ ਸਾਡਾ ਐਮਐਲਏ ਐਮਪੀ ਹੁੰਦਾ ਸੀ ਉਹਨੂੰ ਫਿਕਰ ਰਹਿੰਦਾ ਸੀ ਆਪਣੇ ਏਰੀਆ ਦੇ ਮੁੰਡਾ ਕੋਈ ਬੇਰੋਜ਼ਗਾਰ ਕੋਮਰਿਆਂ ਨੂੰ ਨੌਕਰੀ ਦੇਣੀ ਕੋਈ ਕਾਲਜ ਐ ਉਹਦੇ ਚ ਕੋਰਸ ਕੀ ਲੱਗਣੇ ਚਾਹੀਦੇ ਕੋਈ ਯੂਨੀਵਰਸਿਟੀ ਐ ਉਹਨੂੰ ਬਚਾਉਣਾ ਕਿ ਤਰ੍ਹਾਂ ਤਾਂ ਇਹ ਸਾਰੀਆਂ ਚੀਜ਼ਾਂ ਚ ਐਸਾ ਮਾਹੌਲ ਬਣ ਗਿਆ ਹੁਣ ਵੇਖੋ ਨਾ ਤੇ ਕੋਈ ਐਗਰੀਕਲਚਰ ਨੀਤੀ ਬਣੀ ਐ ਪਿਛਲੇ 20-25 ਸਾਲ ਤੋਂ ਫਾਈਨੈਂਸ਼ਲੀ ਜਿਹੜੇ ਰਿਸੋਰਸ ਹੈ ਉਹਨੂੰ ਬਚਾਉਣਾ ਕਿਤਰਾ ਹੈ ਉਹਦੇ ਬਾਰੇ ਕੋਈ ਚਰਚਾ ਨਹੀਂ ਕੋਈ ਪਾਲਿਸੀ ਨਹੀਂ ਸਾਡਾ ਜਿਹੜਾ ਪਾਣੀ ਗੰਧਲਾ ਹੋਈ ਜਾਂਦਾ ਐਨਵਾਇਰਨਮੈਂਟ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਤੇ ਸਭ ਤੋਂ ਫਰਟਾਈਲ ਗੁਰੂਆਂ ਦੀ ਧਰਤੀ ਉੱਥੇ ਅੱਜ ਰਹਿਣ ਨੂੰ ਬੰਦਾ ਤਿਆਰ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜਾ ਇੱਥੋਂ ਚਲੇ ਜਾਂਦਾ ਨਾ ਧਿਆਨ ਉਹਦਾ ਇੱਥੇ ਰਿੰਦਾ ਜੋ ਚਾਹੇ ਉਹ ਅਮਰੀਕਾ ਬੈਠਾ ਹੋ ਰੋਂਦਾ ਆ ਨਹੀਂ ਸਰੀਰਕ ਤੌਰ ਤੇ ਉਹ ਪਰ ਰੂਹ ਉਹਦੀ ਇੱਥੇ ਪੜ ਰੂਹ ਉਹਦੀ ਇੱਥੇ ਆ ਹਰ ਬੰਦਾ ਚਾਹੁੰਦਾ ਪੰਜਾਬ ਮੋੜ ਆਪਣੇ ਪੁਰਾਣੇ ਜਿਹੜਾ ਉਹਦਾ ਜਿਹੜਾ ਉਹਦਾ ਵਿਰਸਾ ਰਿਆ ਹੈ ਪੁਰਾਣਾ ਜਿਹੜਾ ਉਹਦੇ ਸਭ ਤਾਂ ਰਹੀ ਔਰ ਤੇ ਆਵਾਪਸ ਆਵੇ ਗੱਲ ਇਹ ਸੰਜੀਦਾ ਪੋਲਿਟਿਕਲ ਕਲਾਸ ਦੀ ਕਮੀ ਰਹੀ ਹੈ ਇਸ ਪਾਸੇ ਧਿਆਨ ਨਹੀਂ ਹੋਰ ਹੀ ਦੌੜ ਲਵਾਤੀ ਖੱਡਾਂ ਦੀ ਦੌੜ ਟਰਾਂਸਪੋਰਟ ਮਾਫੀਆ ਦੀ ਦੌੜ ਆਪਣੇ ਵਰਕਰਾਂ ਨੂੰ ਕੰਮਕੁਮ ਦੇ ਕੇ ਆਮ ਸਧਾਰਨ ਇੰਸਟੀਟਿਊਸ਼ਨ ਨਹੀਂ ਬਚਾਏ ਗਏ इवन ਜਿਹੜੇ ਸਾਡੇ ਧਾਰਮਿਕ ਇੰਸਟੀਟਿਊਸ਼ਨ ਸੀਗੇ ਉਹਨਾਂ ਦੀ ਵੀ ਗਰਮਾ ਕਿਤਨੇ ਤੇ ਘਟ ਗਿਆ ਉਹਦੇ ਲਈ ਜ਼ਿੰਮੇਵਾਰ ਤੇ ਉਹੀ ਹੈ ਨਾ ਜਿਹੜੇ ਪ੍ਰਬੰਧ ਕਰ ਰਹੇ ਆ ਔਰ ਇਹ ਮੈਨੂੰ ਲੱਗਦਾ ਹੈ ਵੀ ਪੰਜਾਬ ਦੀ ਇਕੱਲੀ ਦੀ ਗੱਲ ਨਹੀਂ ਸਾਰੇ ਮੁਲਕ ਦੀ ਪੋਲਿਟੀਕਲ ਕਲਾਸ ਦੀ ਕ੍ਰੈਡੀਬਿਲਟੀ ਘਟਿਆ ਇਹ 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 ਰੇਸ ਜਿਹੜੀ ਹੈ ਖਤਮ ਹੋਣੀ ਚਾਹੀਦੀ ਆ ਰਾਜਨੀਤਿਕ ਜਿਹੜਾ ਨੁਮਾਇੰਦਾ ਆ ਉਹਦੀ ਪਹਿਲ ਚ ਉਸ ਏਰੀਏ ਦਾ ਚਾਹੇ ਰੋਜ਼ਗਾਰ ਹੈ ਚਾਹੇ ਇੰਸਟੀਟਿਊਸ਼ਨਸ ਹੈ ਚਾਹੇ ਮਿੱਟੀ ਹੈ ਪਾਣੀ ਹੈ এনवायरमेंट ਹੈ ਇਹ ਉਹਦੀ ਪ੍ਰਾਇੋਰਟੀ ਹੋਣੀ ਚਾਹੀਦੀ ਆ ਜੇ ਇਹਦੇ ਵੱਲ ਧਿਆਨ ਦੇਣਗੇ ਹਾਲਾਤ ਇਹ ਆ ਬਾਜੀ ਦੀ 1 ਲੱਖ ਰੁਪਏ ਸਕੂਲ ਟੀਚਰ ਦੀ ਜਾਂ ਲੈਕਚਰਾਰ ਦੀ ਤਨਖਾਹ ਤੇ ਹੈਗੀ ਆ ਉਹਨੇ ਗਾਂ 5-5000 ਤੇ ਟੀਚਰ ਕਰਾਏ ਤੇ ਰੱਖੇ ਹੋਇਆ ਉਹ ਪੀ ਐਚ ਡੀ ਆ ਤੇ ਜਿਹੜਾ ਉਹ ਲਗਿਆ ਉਹ ਪੀ ਬੀ ਐਡ ਹੈ ਚਲੋ ਤੇ ਰੇਅਰ ਕੇਸ ਹੋਣਗੇ ਨਾ ਬੜੇ ਆ ਮੇਰਾ ਮਤਲਬ ਹੈ ਵੀ ਕਿਸੇ ਕਿਸੇ ਦਾ ਧਿਆਨ ਹੀ ਨਹੀਂਗਾ ਆਪਣੀ ਸਪੋਰਟਸ ਦਾ ਮਤਲਬ ਪੰਜਾਬ ਤੇ ਅਵਲ ਨੰਬਰ ਤੇ ਰਿਹਾ ਨਾ ਸਪੋਰਟਸ ਕਿਉਂ ਨਹੀਂਗਾ ਹੁਣ ਸਪੋਰਟਸ ਦਾ ਮਾਹੌਲ ਕਿਉਂ ਮਾੜਾ ਆ ਮੈਲ ਸਿੰਘ ਭੁੱਲੜ ਡੀਜੀਪੀ ਰਹਾ ਕੋਈ ਪੰਜਾਬ ਦੇ ਸਪੋਰਟਸਮੈਨ ਨੂੰ ਛੱਡਦੇ ਨਹੀਂ ਸੀ ਜਿਹਨੂੰ ਨਾਲ ਦੀ ਨਾਲ ਭਰਤੀ ਨਹੀਂ ਕਰਦੇ ਮੈਂ ਆਪ ਦੇਖਿਆ ਬਿਲਕੁਲ ਠੀਕ ਤੇ ਰੋਜ਼ਗਾਰ ਮਿਲਦਾ ਸੀ ਤੇ ਉਹਨਾਂ ਦੀ ਰਿਕੋਗਨੀਸ਼ਨ ਵੀ ਹੁੰਦੀ ਸੀ ਹਰ ਇੱਕ ਫੀਲਡ ਦਾ ਇਹੀ ਹਾਲ ਹੈ ਇਹ ਜਿਹੜੀ ਇਹ ਜਦੋਂ ਜਦੋਂ ਰਾਜਨੀਤਿਕ ਕਲਾਸ ਜਵਾਬਦੇਹੀ ਵਾਲੀ ਆ ਗਈ ਫਿਕਰਮੰਦ ਆ ਗਈ ਸੰਜੀਦਾ ਆ ਗਈ ਤੇ ਇਹ ਮਾਹੌਲ ਬਦਲੂਗਾ ਨਹੀਂ ਫਿਰ ਲੱਗਦਾ ਨਹੀਂ ਵੀ 2022 ਦੇ ਅਖਾੜੇ ਚ ਤੇ ਫਿਕਰਮੰਦ ਲੱਗਦਾ ਨਹੀਂਗਾ ਦਰਅਸਲ ਕੀ ਹੈ ਜੋ ਜੋ ਇੱਕ ਦੰਦ ਕਥਾ ਵੀ ਚੱਲਦੀ ਵੀ ਪਹਿਲੋਂ ਕਹਿੰਦਾ ਸੀ ਵੀ ਸਿਆਸੀ ਪਾਰਟੀਆਂ ਜਦੋਂ ਇਲੈਕਸ਼ਨ ਲੜਦੀਆਂ ਸੀ ਤੇ ਉਹ ਆਪਣੇ ਪਾਰਟੀ ਫੰਡ ਵਿੱਚੋਂ ਖਰਚ ਕਰਦੀਆਂ ਸੀ ਕਹਿੰਦੇ ਇਹ ਸ਼ਰਾਬ ਵਿੱਚ ਉਹਦੀ ਸਾੜੀਆਂ ਦਿੰਦੇ ਜੀ ਕੱਪੜੇ ਦਿੰਦੇ ਜੀ ਇੱਕ ਦਿਨ ਪਹਿਲੋਂ ਭਾਂਡੇ ਲੋਕਾਂ ਦੇ ਘਰ ਸੁੱਟਦੇ ਜਾਂ ਹੋਰ ਰਿਸ਼ਵਤ ਕਿਸੇ ਢੰਗ ਦੀ ਦਿੰਦੇ ਸੀ ਹੁਣ ਜਿਹੜੀ ਹੁਕਮਰਾਨ ਪਾਰਟੀ ਹੈ ਉਹ ਤੇ ਚੋਗਾ ਇਦਾਂ ਦਾ ਪਾ ਦਿੰਦੀ ਵੀ ਜੇ ਮੈਂ ਦੁਬਾਰਾ ਆ ਗਿਆ ਕਰਜ਼ਾ ਮਾਫ਼ ਕਰ ਦੂੰ ਮੈਂ ਲੇਡੀ ਨੂੰ ਇਹ ਦੇ ਦੂੰਗਾ ਫਲਾਣੇ ਨੂੰ ਇਹ ਦੇ ਦੂੰਗਾ ਦੂਜੀਆਂ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਇਦਾਂ ਦਾ ਲਾਲਚ ਦੇ ਕੇ ਹੀ 2022 ਦੀ ਚੋਣਾਂ ਜਿੱਤਣਾ ਚਾਹੁੰਦੀਆਂ ਨੇ ਸੋ ਤੁਹਾਡਾ ਉਹ ਚਿੰਤਾ ਤੇ ਅਰੰਭ ਤਾਂ ਕਹਿ ਵੀ ਆ ਉਹ ਟ੍ਰੈਂਡ ਗਲਤ ਹੈ ਵੇ ਜਿਹੜਾ ਤੁਸੀਂ ਕਹਿ ਰਹੇ ਹੋ ਹੈ ਗੱਲ ਇਹ ਆ ਵੀ ਬਿਮਾਰੀ ਦੀ ਜੜ ਕਿੱਥੇ ਉਹਦੇ ਪਾਸੇ ਜਾਣਾ ਚਾਹੀਦਾ ਹਮ ਹਮ ਜਦੋਂ ਉਹਦੇ ਪਾਸੇ ਜਾਵਾਂਗੇ ਪਰ ਇਹ ਇਹ ਨੈਕਸਸ ਇਦਾਂ ਵੱਡਾ ਹੈ ਹਮ ਹਮ ਇਹਨੂੰ ਇੱਕ ਵਾਰ ਤੋੜਨ ਲਈ ਟਾਈਮ ਲੱਗਣਾ ਹਮ ਹਮ ਔਰ ਮੈਂ ਇਹ ਵੀ ਕਹਾਂ ਵੀ ਰਾਤੋਂ ਰਾਤ ਇਹ ਟੁੱਟਣਾ ਨਹੀਂ ਹਮ ਹਮ ਇਹ ਨੈਕਸਸ ਬਣ ਗਿਆ ਬਿਊਰੋਕਰੇਸੀ ਦਾ ਤੇ ਪੋਲਿਟਿਕਲ ਕਲਾਸ ਦਾ ਇਹ ਇਹ ਇਹਨਾਂ ਵਾਸਤੇ ਪਰਜਾ ਆ ਸਾਰੇ ਰਾਜੇ ਆ ਪਹਿਲਾਂ ਇਹ 5 4.5 5 ਸਾਲ ਲੁੱਟਦੇ ਆ ਫਿਰ 6 ਕਿ ਮਹੀਨੇ ਪੂਰੇ ਖਰਚ ਦਿੰਦੇ ਉਹ ਹੀ ਪੈਸੇ ਔਰ ਚੋ 10% 20% ਹੀ ਖਰਚਣੇ ਆ ਤੇ ਉਹ ਲੋਟਾ ਵਾਟਾ ਲੋਕਾਂ ਨੂੰ ਪਰਮਾਇਏ ਇਸ ਤਰੀਕੇ ਨਾਲ ਲੇਕਿਨ ਪੋਲਿਟਿਕਲ ਅਵੇਅਰਨੈਸ ਜਦੋਂ ਜਿੰਨੋ ਆ ਜਾਂਦੀ ਹੈ ਨਾ ਪਬਲਿਕ ਤੇ ਫਿਰ ਇਹ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਵੀ ਆ ਉਹ ਰੋੜ ਜਾਂਦੇ ਹੋ ਹੁਣ ਮਾਹੌਲ ਪੰਜਾਬ ਦੇ ਲੋਕਾਂ ਦਾ ਅੱਜ ਅੱਜ ਪੰਜਾਬ ਦਾ ਜਿਹੜਾ ਆਮ ਵੋਟਰ ਹੈ ਨੇ ਜੀ ਉਹ سنجیدہ ਆ ਉਹ ਫਿਕਰਮੰਦ ਵੀ ਬੜਾ ਹੈ ਉਹ ਚੁੱਪ ਵੀ ਬੈਠਾ ਹੈ ਉਤਸ਼ਾਹ ਨਹੀਂ ਹੈਗਾ ਰਾਜਨੀਤੀ ਚ ਮੈਂ ਤੁਹਾਨੂੰ ਐਵੇਂ ਕਹਾਂ ਕਿਸੇ ਇਸ ਟਾਈਮ ਉਤਸ਼ਾਹ ਕੋਈ ਨਹੀਂਗਾ ਉਹਦਾ ਕਾਰਨ ਹੈ ਵੀ ਲੋਕ ਤੰਗ ਹੈ ਲੋਕ ਉਸ ਬੰਦੇ ਨੂੰ ਹੀ ਵੋਟ ਪਾਉਣਗੇ ਜਿਹੜਾ ਉਹਨਾਂ ਨੂੰ ਲੱਗੂ ਆ ਵੀ ਇਹਦਾ ਕਿਰਦਾਰ ਠੀਕ ਹੈ ਇਹ ਕੱਲ ਨੂੰ ਆਪਣੀ ਤਨ ਦੇ ਹੀ ਨਾਲ ਲਵਾਊਗਾ ਇਹ ਆਪਣੀ ਜੇਬਾਂ ਨਹੀਂ ਭਰੂਗਾ ਮੈਨੂੰ ਲੱਗਦਾ ਵੀ ਐਰ ਕੀ ਫਰਕ ਆਊਗਾ ਜੇ ਐਰ ਕੀ ਨਹੀਂ ਆਇਆ ਤੇ ਫਿਰ ਹੋਣਾ ਵੀ ਨਹੀਂਗਾ ਸੋ ਤੁਸੀਂ ਮਾਲਵਿੰਦਰ ਕੰਗ ਹੋਣਾ ਨੂੰ ਸੁਣਿਆ ਪਹਿਲਾਂ ਇਹ ਆਪ ਤੇ ਭਾਰਤੀ ਜਨਤਾ ਪਾਰਟੀ ਦੀਆਂ ਗੱਲਾਂ ਬਾਰੇ ਜਸਟੀਫਿਕੇਸ਼ਨ ਆ ਦਿੰਦੇ ਰਹੇ ਪਰ ਚੰਗੀ ਗੱਲ ਇਹ ਲੱਗੀ ਵੀ ਅਖੀਰ ਵਿੱਚ ਕੰਗ ਹੋਣਾ ਦੇ ਢਿੱਡ ਅੰਦਰੋਂ ਪੰਜਾਬ ਬੋਲਿਆ ਉਹਨਾਂ ਨੇ ਕਿਹਾ ਵੀ ਸੱਚੀ ਗੱਲ ਤੇ ਇਹ ਹੈ ਵੀ ਪੰਜਾਬ ਨੂੰ ਜੇ ਬਚਾਉਣਾ ਤੇ ਫਿਰ ਸਿਆਸਤਦਾਨਾਂ ਨੂੰ ਸੰਜੀਦਾ ਹੋਣਾ ਪਊਗਾ ਜੇ ਸੰਜੀਦਾ ਨਹੀਂ ਹੋਣਗੇ ਤੇ ਸਾਡਾ ਪੰਜਾਬ ਤਰਕੀਆਂ ਦੀ ਥਾਂ ਤੇ ਨਿਗਾਰ ਵੱਲ ਜਾ ਸਕਦਾ ਆਸ ਕਰਦੇ ਆ 2022 ਦੇ ਚੋਣ ਅਖਾੜੇ ਵਿੱਚ ਸਿਆਸਤਦਾਨ ਸੰਜੀਦਾ ਹੋ ਕੇ ਆਉਣ ਪੰਜਾਬੀ ਬਣ ਕੇ ਆਉਣ ਤੇ ਪੰਜਾਬ ਨੂੰ ਦੁਖਾਂਤਾਂ ਵਿੱਚੋਂ ਬਾਹਰ ਕੱਢਣ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਪਾਂ ਜਲਦ ਮਿਲਾਂਗੇ